ਸਾਸੀ ਕਾਲ ਜੀ ਪੰਜਾਬ ਮਿਲ ਯੂਐਸਏ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਗਗਨਦੀਪ ਸੌਂਦੀ ਤੁਹਾਡੇ ਮੁਖਾਤਿਬਾ ਔਰ ਇਸ ਵੇਲੇ ਤੁਸੀਂ ਦੇਖ ਰਹੇ ਹੋ ਪੰਜਾਬ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਪਰ ਜਦੋਂ ਅਸੀਂ ਕਹਿੰਦੇ ਹੁੰਦੇ ਆ ਵੀ ਸਾਤੋਂ ਭੁੱਖਿਆਂ ਕੋ ਭਗਤੀ ਨਾ ਹੋਵੇ ਤੇ ਆਲੇ-ਫਣ ਮਾਲਾ ਆਪਣੀ ਗੱਲ ਆਪਾਂ ਅੱਜ ਰੋਟੀ ਤੋਂ ਸ਼ੁਰੂ ਕਰਨੀ ਆ ਫਿਰ ਹੌਲੀ-ਹੌਲੀ ਜੀਵਨ ਦੀਆਂ ਲੋਣਾ ਤੱਕ ਜਾ ਪਹੁੰਚਣਾ ਤੇ ਮੇਰੇ ਖੱਬੇ ਹੱਥ ਬੈਠੇ ਨੇ ਸੰਜੀਵ ਜਸ਼ਕਨਾਂ ਜੀ ਜਸ਼ਕਨਾਂ ਸਾਹਿਬ ਸਾਸਿਕਾ ਦੇਖੋ ਮੈਂ ਰੋਟੀ ਦੀ ਗੱਲ ਤੁਸੀਂ ਕੀਤੀ ਮੈਨੂੰ ਭੁੱਖ ਲੱਗ ਗਈ ਮੈਨੂੰ ਵੀ ਲੱਗੀ ਸਾਸਿਕਾ ਸਾਸਿਕਾ ਇੱਕ ਭੁੱਖੇ ਨੂੰ ਪੁੱਛਿਆ ਕਿ ਦੋ ਤੇ ਦੋ ਕਿੰਨੇ ਹੁੰਦੇ ਨੇ ਕਹਿੰਦਾ ਚਾਰ ਰੋਟੀਆਂ ਓਹੋ ਹੋ ਕਿ ਧਿਆਨ ਉਹਦਾ ਰੋਟੀਆਂ ਵੰਡ ਲੈਣਾ ਭੁੱਖ ਲੱਗੀ ਹੋਈ ਆ ਮੈਂ ਕਿਹਾ ਜੀ ਤੁਸੀਂ ਇਹ ਦੇਖੋ ਵੀ ਇੱਕ ਬਰਾਤ ਦੇ ਵਿੱਚ ਬੰਦੇ ਚੱਲ ਗਏ ਅੱਛਾ ਜੀ ਹੋਰ ਕੀ ਬਰਾਤ ਲੈ ਕੇ ਚੱਲ ਗਏ ਤਾਂ ਉੱਥੇ ਜਾ ਕੇ ਤਾਂ ਕਹਿੰਦੇ ਆ ਵੀ ਪਹਿਲਾਂ ਤਾਂ ਨਾ ਉਹਨਾਂ ਨੇ ਜਾ ਕੇ ਤਾਂ ਪਾਣੀ ਪੂਣੀ ਪਲਾਤਾ ਅੱਛਾ ਹਾਂ ਤੇ ਫਿਰ ਜਦੋਂ ਤਕਰੀਬਨ 12:00 ਵਜੇ ਤੇ ਪੁੱਛਿਆ ਕਹਿੰਦੇ ਵੀ ਰੋਟੀ ਕਹਿੰਦੇ ਲੈ ਹੁਣ ਹੀ ਦਿੰਨੇ ਇਹ ਕਿਹੜੀ ਗੱਲ ਆ ਤੇ ਜਦੋਂ ਬੱਜੇ 3 ਕ ਭੁੱਖ ਹੁਣ ਆਪਣੀ ਚਰਮ ਸੀਮਾ ਉਤੇ ਜਦੋਂ ਆਪਾਂ ਦੋਵਾਂ ਨੂੰ ਲੱਗੀ ਆ ਬਿਲਕੁਲ ਸਹੀ ਇਸੇ ਤਰੀਕੇ ਦੇ ਨਾਲ ਉਹ ਕਹਿੰਦੇ ਇਦਾਂ ਕਰੋ ਵੀ ਚਾਰ-ਚਾਰ ਹੋ ਜਾਓ ਵੀ ਚਾਰ-ਚਾਰ ਹੋ ਜਾਓ ਕਹਿੰਦੇ ਲੈ ਬਈ ਹੁਣ ਪਕਵਾਨ ਆਉਣਗੇ ਚਾਰ-ਚਾਰ ਜਣੇ ਇਦਾਂ ਬਿਠਾ ਦਿੱਤੇ ਉਹਨਾਂ ਨੇ ਲਿਆ ਕੇ ਉਹਨਾਂ ਨੂੰ ਤਾਸ਼ ਦੇ ਦਿੱਤੀ ਕਹਿੰਦੇ ਵੀ ਰੋਟੀ ਅਜੇ ਟਾਈਮ ਲੱਗਣਾ ਤੇ ਤੁਸੀਂ ਕਿੱਢੋ ਨਹੀਂ ਦੇਰ ਤੱਕ 3 ਘੰਟੇ ਹੋ ਗਏ ਪਾਣੀ ਪੀਤੀ 3 ਘੰਟੇ ਹੋਰ ਪਾਣੀ ਪੀਤੀ ਸੋ ਇਹ ਜਿਹੜੀ ਰੋਟੀ ਦਾ ਮਸਲਾ ਨਾ ਇਹ ਸਭ ਤੋਂ ਵੱਡਾ ਮਸਲਾ ਹੈ ਗੱਲ ਇਹ ਗਗਨਜੀ ਦੇਖੋ ਰਾਜਨੀਤੀ ਦੇ ਵਿੱਚ ਹਰ ਤਰ੍ਹਾਂ ਦਾ ਸ਼ੋਰ ਪਿਆ ਹੋਇਆ ਹਰ ਤਰ੍ਹਾਂ ਦਾ ਰੌਲਾ ਪਿਆ ਹੋਇਆ ਆ ਨਹੀਂ ਹੋਇਆ ਉਹ ਨਹੀਂ ਹੋਇਆ ਸਰਕਾਰ ਆਪਣਾ ਰਾਗ ਗਾਈ ਜਾਂਦੀ ਆ ਵਿਰੋਧੀ ਧਿਰਾਂ ਉੱਤੇ ਅਟੈਕ ਮਾਰੀ ਜਾਂਦੇ ਨੇ ਪਰ ਆਮ ਇਨਸਾਨ ਕਹਿੰਦਾ ਮੈਨੂੰ ਰੋਟੀ ਚਾਹੀਦੀ ਕੱਪੜਾ ਚਾਹੀਦਾ ਮਕਾਨ ਚਾਹੀਦਾ ਸਿਹਤ ਸਹੂਲਤਾਂ ਚਾਹੀਦੀਆਂ ਸਿੱਖਿਆ ਦੀਆਂ ਸਹੂਲਤਾਂ ਚਾਹੀਦੀਆਂ ਨੇ ਰੋਜ਼ਗਾਰ ਚਾਹੀਦਾ ਆ ਜਿਹੜੀਆਂ ਗੱਲਾਂ ਨੇ ਖੇਤੀਬਾੜੀ ਉਹਦਾ ਬੁਰਾ ਹਾਲ ਇੰਡਸਟਰੀ ਦਾ ਬੁਰਾ ਹਾਲ ਕੋਈ ਪਾਲਿਸੀ ਨਹੀਂ ਹੈ ਰੌਲਾ ਕਾ ਦਾ ਪਿਆ ਹੋਇਆ ਬੇਸਿਕ ਮੁੱਦੇ ਸਾਡੀ ਹੋਂਦ ਨੂੰ ਖਤਰਾ ਬਣਿਆ ਹੋਇਆ ਸਰਵਾਈਵਰ ਨੂੰ ਖਤਰਾ ਬਣਿਆ ਹੋਇਆ ਬਿਲਕੁਲ ਇਹ ਬੇਸਿਕ ਮੁੱਦਿਆਂ ਦੀ ਗੱਲ ਕਦੋਂ ਕਰਨੀ ਇਨਸਾਨ ਨੂੰ ਪਹਿਲਾਂ ਜੀਵਨਤਾ ਦਿਓ ਜ਼ਿੰਦਗੀ ਤਾਂ ਦੇ ਦਿਓ ਫਿਰ ਉਸ ਤੋਂ ਬਾਅਦ ਬਾਕੀ ਗੱਲਾਂ ਕਰ ਲਵਾਂਗੇ ਆ ਫਜ਼ੂਲ ਦੀਆਂ ਗੱਲਾਂ ਚੱਪਾ ਪਏ ਹੋਇਆ ਬਿਲਕੁਲ ਇਹ ਪਤਾ ਨਹੀਂ ਸਰਕਾਰ ਨੂੰ ਅਸੀਂ ਸਮਝ ਹੀ ਨਹੀਂ ਪਾ ਰਹੇ ਕਿ ਕਿੰਦਨੋ ਤੁਰਪਈਆ ਦੇਖੋ ਰੋਜ਼ਗਾਰ ਦੇ ਮਸਲੇ ਉੱਤੇ ਜਦੋਂ ਅਸੀਂ ਗੱਲ ਕਰਦੇ ਆ ਗੱਲ ਉਹੀ ਮੈਨੂੰ ਚੇਤੇ ਆ ਜਾਂਦੀ ਹੈ ਕਿ ਇੱਕ ਬੰਦਾ ਜਿਹੜਾ ਹੈਗਾ ਕਿਤੇ ਨੌਕਰੀ ਲੈਣ ਵਾਸਤੇ ਗਿਆ ਉਹਨੂੰ ਕਹਿੰਦਾ ਵੀ ਮੈਨੂੰ ਬਾਊਜੀ ਨੌਕਰੀ ਚਾਹੀਦੀ ਹੈ ਕਿ ਮੇਰੀ ਐਲੀਜੀਬਿਲਟੀ ਬਣਦੀ ਹੈ ਕਿ ਮੈਨੂੰ ਰੱਖ ਲਓ ਆਪਣੇ ਦਫ਼ਤਰ ਦੇ ਵਿੱਚ ਕਹਿੰਦਾ ਇਦਾਂ ਕਰੀ ਵੀ ਇੱਕ ਮਹੀਨੇ ਬਾਅਦ ਆ ਜੀ ਤਾਂ ਉਹ ਜਦੋਂ ਮਹੀਨੇ ਬਾਅਦ ਗਿਆ ਫਿਰ ਕਹਿੰਦਾ ਇਦਾਂ ਕਰੀ 15 ਦਿਨ ਹੀ ਆ ਜੀ ਫਿਰ ਜਦੋਂ 15 ਦਿਨ ਹੀ ਗਿਆ ਫਿਰ ਕਹਿੰਦਾ ਇਦਾਂ ਕਰੀ ਹਫ਼ਤੇ ਬਾਅਦ ਆ ਜੀ ਕਹਿੰਦਾ ਬਾਊਜੀ ਜੇ ਤੁਸੀਂ ਮੈਨੂੰ ਨਹੀਂ ਰੱਖਣਾ ਤਾਂ ਮੈਨੂੰ ਜਵਾਬ ਕਿਉਂ ਨਹੀਂ ਦਿੰਦੇ ਉਹ ਕਹਿੰਦੇ ਦੇਣਾ ਤਾਂ ਤੈਨੂੰ ਜਵਾਬ ਹੀ ਤੂੰ ਕਾਲੀ ਕਰੀ ਜਾਣਾ ਅੱਛਾ ਆਹੀ ਹਾਲ ਜਿਹੜਾ ਹੈਗਾ ਸਰਕਾਰ ਦਾ ਬਿਲਕੁਲ ਸਰਕਾਰ ਜਿਹੜੀ ਹੈਗੀ ਆ ਉਹ ਵੀ ਇਹੀ ਹੁਣ ਲੋਕਾਂ ਨੂੰ ਕਹਿ ਰਹੀ ਆ ਵੀ ਭਾਈ ਤੁਸੀਂ ਕਾਲੀ ਕਰੀ ਜਾਂਦੇ ਆ ਸਾਨੂੰ ਥੋੜਾ ਜਿਹਾ ਟਾਈਮ ਤਾਂ ਦਿਓ ਬਿਲਕੁਲ ਸਹੀ ਗੱਲ ਆ ਟਾਈਮ ਕਿੰਨਾ ਕੋਚਾ ਹੀ ਦਾ ਜਦ ਪਤਾ ਪਹਿਲਾਂ ਤੋਂ ਪ੍ਰੀ ਪਲਾਨ ਦੇ ਸਾਰਾ ਕੁਝ ਹੁੰਦਾ ਆ ਜਦੋਂ ਪਤਾ ਲੱਗ ਜਾਂਦਾ ਆ ਵੀ ਇਹ ਜਿਹੜਾ ਪਲਾਨਿੰਗ ਹੈ ਇਹ ਸਾਰੀ ਦੀ ਸਾਰੀ ਬਣੀ ਹੋਈ ਆ ਹੁਣ ਜਦੋਂ ਚੋਣ ਮੈਨੀਫੈਸਟੋ ਤਿਆਰ ਕੀਤੇ ਜਾਂਦੇ ਆ ਜਦੋਂ ਪੰਜਾਬ ਦੇ ਉੱਤੇ ਕਿੰਨਾ ਕਰਜ਼ਾ ਹੈ ਉਹ ਤਿਆਰ ਕੀਤਾ ਜਾਂਦਾ ਉਸ ਤੋਂ ਬਾਅਦ ਵਿੱਚ ਇਹ ਦੇਖਿਆ ਜਾਂਦਾ ਆ ਰੇਤ ਦੇ ਦੀਆਂ ਖੱਡਾਂ ਵਿੱਚੋਂ ਕਿੰਨਾ ਨਿਕਲਣਾ ਉਸ ਤੋਂ ਬਾਅਦ ਵੀ ਟ੍ਰਾਂਸਪੋਰਟ ਵਿੱਚੋਂ ਕਿੰਨਾ ਆਉਣਾ ਆ ਐਜੂਕੇਸ਼ਨ ਦੇ ਸਿਸਟਮ ਦੇ ਵਿੱਚ ਕੀ ਕੀ ਸੁਧਾਰ ਹੋਣ ਵਾਲੇ ਆ ਇਕੱਲਾ ਇਕੱਲਾ ਮੰਤਰੀ ਲਾਇਆ ਹੋਇਆ ਇੰਨੀਆਂ ਸਾਰੀਆਂ ਅਮੈਂਡਮੈਂਟਸ ਇੰਨੀਆਂ ਸਾਰੀਆਂ ਸਹੂਲਤਾਂ ਹੋਣ ਦੇ ਬਾਵਜੂਦ ਜੇ ਸਰਕਾਰ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਬੇਸਿਕ ਨੀਡ ਲੋਕਾਂ ਦੀ ਕਿਦਾਂ ਪੂਰੀ ਕਰਨੀ ਆ ਸਿਰਫ ਇੱਕ ਰੋਟੀ ਤੱਕ ਉਹ ਤੁਸੀਂ ਜਿਹੜੀ ਕਣਕ ਵੀ ਜਿਹੜੀ ਸਰਕਾਰ ਦੀ ਕਿਤੇ ਦਿੱਤੀ ਹੋਈ ਨਾ 2 ਰੁਪਏ ਵਾਲੀ ਗਰੀਬਾਂ ਨੂੰ ਕਿਤੇ ਜਾ ਕੇ ਦੇਖੋ ਤਾਂ ਦੇਖ ਕੇ ਸ਼ਰਮ ਆਉਂਦੀ ਉਸ ਵੇਲੇ ਵੀ ਸਰਕਾਰ ਨੇ ਜੇ ਕਿਤੇ ਆ ਉਹਨਾਂ ਦੇ ਆਪਣੇ ਨਿਆਣੇ ਖਾ ਲੈਣ ਤਾਂ ਸਾਰਾ ਦਿਨ ਹਸਪਤਾਲ ਦੇ ਵਿੱਚ ਪੈ ਰਹੇ ਨੇ ਬਿਲਕੁਲ ਜੀ ਆ ਆ ਹਾਲਾਤ ਨੇ ਹਾਲਾਤ ਨੇ ਕੁਆਲਿਟੀ ਨਹੀਂ ਹੈਗੀ ਕੁਆਲਿਟੀ ਵੀ ਹੈ ਨਹੀਂਗੀ ਤੇ ਦੂਜੇ ਪਾਸੇ ਰੋਜ਼ਗਾਰ ਵੀ ਹੈ ਨਹੀਂ ਗੱਲ ਇਹ ਆ ਕਿ ਸਾਡੇ ਦੇਸ਼ ਦੇ ਵਿੱਚ ਨਾ ਰੋਜ਼ਗਾਰ ਲੱਭਣਾ ਵੀ ਇੱਕ ਕੰਮ ਆ काम लबड़णा ਵੀ ਕੰਮ ਹੈ ਕਿਸੇ ਬੰਦੇ ਨੇ ਹਿਸ਼ਤਿਆਰ ਦਿੱਤਾ ਕਿ ਇੱਕ ਬੰਦਾ ਚਾਹੀਦਾ ਕੰਮ ਵਾਸਤੇ ਉਹ ਪਹੁੰਚ ਗਿਆ ਕੰਦਾ ਪਾਜੀ ਆ ਗਏ ਆ ਕਹਿੰਦੇ ਅੱਛਾ ਨਾਂ ਕੀ ਹੈ ਕਹਿੰਦਾ ਨਾਂ ਇਹ ਹੈ ਕਹਿੰਦਾ ਹਾਂਜੀ ਫਿਰ ਕਰ ਲਓ ਜੁਆਇਨ ਕੰਦਾ ਪਾਜੀ ਕੋਈ ਸਰਟੀਫਿਕੇਟ ਨਹੀਂ ਦੇਖੇ ਕੋਈ ਇੰਟਰਵਿਊ ਨਹੀਂ ਲਈ ਤੀ ਕੋਈ ਕੁਆਲੀਫਿਕੇਸ਼ਨ ਨਹੀਂ ਪੁੱਛੀ ਕੋਈ ਐਕਸਪੀਰੀਅੰਸ ਨਹੀਂ ਪੁੱਛਿਆ ਨਾਂ ਪੁੱਛਿਆ ਕਹਿੰਦੇ ਜੁਆਇਨ ਕਰ ਲਓ ਕਹਿੰਦੇ ਉਸ ਨਾਂ ਕਾਫੀ ਹੈ ਕਹਿੰਦਾ ਕਰਨਾ ਕੀ ਕਹਿੰਦਾ ਤੂੰ ਸਵੇਰੇ ਆ ਕੇ ਇਹ ਦੇਖਣਾ ਕਿੱਥੇ ਕਿੱਥੇ ਲੰਗਰ ਲੱਗੇ ਹੋਏ ਨੇ ਆਪਣਾ ਖਾਂ ਤੇ ਮੇਰਾ ਲੈ ਆ ਆ ਕੰਮ ਹੈ ਲੈ ਸੋ ਰੋਜ਼ਗਾਰ ਲੱਭਣਾ ਵੀ ਇੱਕ ਰੋਜ਼ਗਾਰ ਹਾਂ ਰੋਜ਼ਗਾਰ ਇਹ ਆ ਕੰਮ ਹੈਗੇ ਨੇ ਵਾਕਈ ਤੁਸੀਂ ਠੀਕ ਕਿਹਾ ਕਣਕ ਦੀ ਕੁਆਲਿਟੀ ਜਿਹੜੀ ਗਰੀਬ ਬੰਦਿਆਂ ਵਾਸਤੇ ਆਉਂਦੀ ਆ ਉਹਦੀ ਕੋਈ ਕੁਆਲਿਟੀ ਨਹੀਂ ਉਹ ਔਰ ਕੀੜਾ ਲੱਗਿਆ ਹੁੰਦਾ ਕਈ ਵਾਰ ਤੇ ਬਿਲਕੁਲ ਸੁਸਰੀ ਪਈ ਹੁੰਦੀ ਆ ਇੰਨੀ ਖਤਰਨਾਕ ਕੁਆਲਿਟੀ ਬਣੀ ਹੁੰਦੀ ਆ ਕਿ ਬੰਦਾ ਖਾਣ ਤੋਂ ਬਾਅਦ ਬਿਮਾਰ ਹੋ ਸਕਦਾ ਉਹਨੂੰ ਹਸਪਤਾਲ ਜਾਣਾ ਪੈ ਸਕਦਾ ਇਸ ਗੱਲ ਦਾ ਵੀ ਧਿਆਨ ਨਹੀਂ ਬਿਲਕੁਲ ਸਰਕਾਰ ਨੂੰ ਇਹਦੇ ਉੱਤੇ ਪੂਰਾ ਪੂਰੇ ਜ਼ਿੰਮੇਵਾਰੀ ਦੇ ਨਾਲ ਨਜ਼ਰਸਾਨੀ ਕਰਨੀ ਚਾਹੀਦੀ ਆ ਗਰੀਬਾਂ ਤੱਕ ਕਣਕ ਪਹੁੰਚਦੀ ਆ ਕਿ ਨਹੀਂ ਪਹੁੰਚਦੀ ਇਹਦੇ ਆ ਦੇਖਣਾ ਚਾਹੀਦਾ ਔਰ ਦੂਸਰੀ ਗੱਲ ਇਹ ਹੈ ਕਿ ਜਦੋਂ ਰੋਜ਼ਗਾਰ ਦੀ ਗੱਲ ਸਰਕਾਰ ਨਾਲ કરીਏ ਤਾਂ ਸਰਕਾਰ ਨੂੰ ਸੰਜਮ ਦੇ ਨਾਲ ਸੁਣਨੀ ਚਾਹੀਦੀ ਆ ਚਾਹੀ ਉਹ ਅਧਿਆਪਕਾਂ ਦੀ ਹੋਵੇ ਚਾਹੀ ਕਿਸੇ ਦੀ ਵੀ ਹੋਵੇ ਹੁਣ ਤੁਸੀਂ ਇਹ ਦੇਖੋ ਵੀ ਲੋਕ ਇੰਟੀ ਡੋਂਪੁਖੇ ਨੇ ਲੋਕਾਂ ਦੇ ਕੋਲ ਰੋਜ਼ਗਾਰ ਹੈ ਨਹੀਂ ਹੱਥਾਂ ਦੇ ਵਿੱਚ ਉਹਨਾਂ ਦੇ ਕਿਰਤ ਤਾਂ ਹੈਗੀ ਆ ਪਰ ਉਹ ਕਰਨ ਤਾਂ ਹੁਣ ਕੀ ਕਰਨ ਹੁਣ ਜਿਹੜੇ ਮੇਰੇ ਵਰਗੇ ਹੈਗੇ ਉਹ ਤਾਂ ਆਪਣੇ ਆਪ ਦੇ ਵਿੱਚ ਹੀ ਬੇਰੋਜ਼ਗਾਰ ਬੈਠੇ ਪਏ ਆ ਪਰ ਕਈ ਉਹ ਬੰਦੇ ਹੈਗੇ ਆ ਜਿਨ੍ਹਾਂ ਦੇ ਕੋਲ ਕਿਰਤ ਹੈਗੀ ਆ ਆਪਣੇ ਕਿਸਮ ਹੈਗੀ ਆ ਹੱਥਾਂ ਦੇ ਵਿੱਚ ਕਲਾ ਹੈਗੀ ਆ ਪਰ ਉਹ ਜਾਣ ਤਾਂ ਹੁਣ ਕਿੱਥੇ ਜਾਣ ਇੱਦਾਂ ਇੱਕ ਵਾਰੀ ਸੰਜੀਵ ਜੀ ਇੱਕ ਕਿਸੇ ਨੇ ਕੁੱਤਾ ਰੱਖ ਲਿਆ ਹੂੰ ਕੁੱਤਾ ਰੱਖ ਲਿਆ ਤੇ ਉਹ ਤਾਂ ਆਪ ਵੀ ਜਿਹੜੇ ਹੈਗੇ ਬਹੁਤ ਕੰਜੂਸ ਸੀਗੇ ਹਾਂਜੀ ਨਾ ਉਹ ਕਿਤੇ ਕੰਮ ਤੇ ਜਾਂਦੇ ਸੀਗੇ ਨਾ ਉਹ ਪਰਿਵਾਰ ਜਿਹੜਾ ਹੈਗਾ ਆ ਕਿਸੇ ਕੰਮ ਨੂੰ ਹੱਥ ਲਾ ਕੇ ਰਾਜੀ ਸੀਗਾ ਕੁੱਤਾ ਉਹਨਾਂ ਰੱਖ ਲਿਆ ਕੁੱਤੇ ਨੇ ਇੱਕ ਦਿਨ ਕੱਢਿਆ ਦੂਜੇ ਦਿਨ ਕੱਢਿਆ ਤੀਜੇ ਦਿਨ ਕੁੱਤਾ ਨਾ ਸਵੇਰੇ ਉੱਠ ਕੇ ਤਾਂ 5:00 ਵਜੇ ਆਪ ਹੀ ਨਾ ਆਪਣੇ ਮਾਲਕਾਂ ਨੂੰ ਜਗਾ ਕੇ ਕਹਿਣ ਲੱਗ ਪਿਆ ਭਾਈ ਜੇ ਤੁਸੀਂ ਨਹੀਂ ਜਾਣਾ ਤਾਂ ਮੈਨੂੰ ਰੋਟੀ ਵਾਲਾ ਡੱਬਾ ਦੇ ਦਿਓ ਮੈਂ ਤਾਂ ਕੰਮ ਤੇ ਜਾਵਾਂ ਦੇਖ ਲਓ ਹੈ ਜੀ ਸਾਡੇ ਨਾਲ ਤਾਂ ਜਾਨਵਰ ਸਿਆਣੇ ਆਪਣੀ ਕਾਲਾ ਦਾ ਮੁੱਲ ਤਾਂ ਪਾਉਂਗੇ ਕਿਤੇ ਉਹਨਾਂ ਕਿਤੇ ਮਤਲਬ ਆਪਣਾ ਰਿਜਕ ਤਾਂ ਆਪ ਤਿਆਰ ਕਰ ਸਕਦੇ ਆ ਬਿਲਕੁਲ ਠੀਕ ਕਹਿ ਰਹੇ ਹੋ ਸੋ ਸਾਡੀ ਜਿਹੜੀ ਆਵਾਮ ਆ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਸਮਝਣਾ ਪੈਣਾ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਵੀ ਸਮਝਣਾ ਪੈਣਾ ਜਾਂ ਤਾਂ ਇੰਡਸਟਰੀਜ਼ ਇੰਨੀਆਂ ਜ਼ਿਆਦਾ ਲਾ ਦਿਤੀਆਂ ਜਾਣ ਵੀ ਸਾਰਿਆਂ ਨੂੰ ਰੋਜ਼ਗਾਰ ਮਿਲ ਸਕੇ ਨਹੀਂ ਤਾਂ ਆਮ ਜਿਹੜੇ ਲੋਕ ਹੈ ਉਹਨਾਂ ਨੂੰ ਇਸ ਵਾਸਤੇ ਤਿਆਰ ਰਹਿਣਾ ਚਾਹੀਦਾ ਕਿ ਆਪਣੀਆਂ ਦੁਕਾਨਾਂ ਕਿਵੇਂ ਕਰਨੀਆਂ ਨੇ ਵੱਡੇ ਹੋ ਕੇ ਕਿਸ-ਕਿਸ ਬਿਜ਼ਨਸ ਵਿੱਚ ਪੈਣਾ ਆ ਕਿੱਥੇ-ਕਿੱਥੇ ਕੰਮ ਕਰਨਾ ਹੈ ਪਹਿਲਾਂ ਤੋਂ ਡਿਸਾਈਡ ਕਰ ਲੈਣਾ ਚਾਹੀਦਾ ਬਿਲਕੁਲ ਓਨਟਰਪ੍ਰਨੋਰਸ਼ਿਪ ਦੇ ਵਾਸਤੇ ਤੁਸੀਂ ਗੱਲ ਕਰ ਰਹੇ ਹੋ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇੱਕ ਇਨਸਾਨ ਦੇ ਅੰਦਰ ਇਹ ਕੁਆਲਿਟੀ ਹੈਗੀ ਆ ਕੋਡ ਨੌਕਰੀ ਕਰਨ ਦੀ بجائے ਰੋਜ਼ਗਾਰ ਪੈਦਾ ਕਰੇ ਦੂਜਿਆਂ ਨੂੰ ਨੌਕਰੀ ਦਵੇ ਹੁਣ ਗੱਲ ਇਹ ਹੈ ਕਿ ਕਈ ਥਾਂ ਦੇ ਉੱਤੇ ਤਾਂ ਰੋਜ਼ਗਾਰ ਹੈ ਨਹੀਂ ਹਾਂਜੀ ਕਈ ਥਾਂ ਤੇ ਅੰਡਰ ਇਮਪਲੋਇਮੈਂਟ ਹੈ ਕਿ ਉਹ ਬੰਦਾ ਜਿਸ ਕਾਬਿਲ ਹੈ ਉਹਨੂੰ ਉਸ ਦੇ ਕਾਬਿਲ ਕੰਮ ਨਹੀਂ ਮਿਲਿਆ ਪਰ ਮਜਬੂਰੀ ਵਾਸਤੇ ਉਹਨੂੰ ਕੋਈ ਐਸਾ ਕੰਮ ਕਰਨਾ ਪੈ ਰਿਹਾ ਜੋ ਉਹਦੀ ਕੁਆਲੀਫਿਕੇਸ਼ਨ ਨੂੰ ਵੀ ਸੂਟ ਨਹੀਂ ਕਰਦਾ ਉਹਨੂੰ ਹਨਰ ਨੂੰ ਉਹਦੀ ਕਲਾ ਨੂੰ ਸੂਟ ਨਹੀਂ ਕਰਦਾ ਹਰ ਚੀਜ਼ ਦੇਖਣੀ ਪੈਣੀ ਹੈ ਇਸ ਵਕਤ ਨਾਲ ਸਾਡੇ ਕੋਲ ਇੰਡਸਟਰੀ ਵਾਸਤੇ ਕੋਈ ਪਾਲਿਸੀ ਹੈ ਜਿਵੇਂ ਤੁਸੀਂ ਇੰਡਸਟਰੀ ਦੀ ਗੱਲ ਕਰ ਰਹੇ ਹੋ ਨਾ ਕਿ ਕਲਚਰ ਪਾਲਿਸੀ ਹੈ ਨਾ ਸਿੱਖਿਆ ਵਾਸਤੇ ਪਾਲਿਸੀ ਹੈ ਨਾ ਸਿਹਤ ਸੁ ਕੋਈ ਪਾਲਿਸੀ ਨਹੀਂ ਹੈ ਤੁਸੀਂ ਸਰਕਾਰ ਬਣਾਉਣ ਤੋਂ ਪਹਿਲਾਂ ਜਿਹੜਾ ਮੈਨੀਫੈਸਟੋ ਤੁਸੀਂ ਗੱਲ ਕੀਤੀ ਆ ਮੈਨੀਫੈਸਟੋ ਕਦੋਂ ਰਿਲੀਜ਼ ਹੋ ਰਿਹਾ ਇਲੈਕਸ਼ਨ ਤੋਂ 2-3 ਦਿਨ ਪਹਿਲਾਂ ਜਦ ਕਿ ਉਦੋਂ ਰਿਲੀਜ਼ ਹੋ ਜਾਣਾ ਚਾਹੀਦਾ ਜਦੋਂ ਤੁਸੀਂ ਇਲੈਕਸ਼ਨਸ ਦੇ ਵਾਸਤੇ ਨਿਤਰੇ ਹੋ ਤਾਂ ਕਿ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਵੇ ਕਿ ਤੁਸੀਂ ਕਿੰਨੇ ਕ ਪਾਣੀ ਚ ਹੈਗੇ ਹੋ ਤੁਸੀਂ ਮੈਨੀਫੈਸਟੋ ਦਿੰਦੇ ਭਈਓ ਇਹ ਤਾਂ ਲੱਗਦਾ ਕਿ ਜਿਵੇਂ ਮੈਨੀਫੈਸਟੋ ਹੈ ਨਾ ਮੈਨੂ ਕਾਰਡ ਨਹੀਂ ਹੁੰਦਾ ਹੋਟਲਸ ਦਾ ਆ ਆ ਆ ਆ ਹੈਗਾ ਉਵੇਂ ਤੁਸੀਂ ਫ੍ਰੀ ਬੀਜ਼ ਪੋਲਿਟਿਕਸ ਆ ਆ ਦਵਾਂਗੇ ਤਾਂ ਉਹਦੇ ਆਧਾਰ ਦੇ ਉੱਤੇ ਤੁਸੀਂ ਵੋਟਾਂ ਤਾਂ ਲੈ ਲਈਆਂ ਅੱਜ ਤੁਹਾਡੇ ਕੋਲ ਪਾਲਿਸੀ ਨਹੀਂ ਹੈ 1 ਮਹੀਨੇ ਤੋਂ ਵੱਧ ਹੋ ਚੁੱਕਾ ਹੈ ਕਿ ਕਦੋਂ ਗੇਮ ਖੇਡਣੀ ਹੈ ਸਰਕਾਰ ਨੇ ਜਦੋਂ ਦੇਸ਼ ਨੂੰ ਸੰਭਾਲਣਾ ਤੇ ਪੰਜਾਬ ਨੂੰ ਸੰਭਾਲਣਾ ਹੈ ਗੱਲ ਇੱਥੇ ਆਉਂਦੀ ਪਈ ਹੈ ਦੇਖੋ ਗੱਲ ਜਿਹੜੀ ਹੈ ਨਾ ਉਹ ਤੁਹਾਡੀ ਬਿਲਕੁਲ درست ਹੈ ਪਰ ਮੈਨੀਫੈਸਟੋ ਜਿਹੜਾ ਹੈ ਨਾ ਦਿੱਤਾ ਜਾਂਦਾ ਉਹਨੂੰ ਸੰਭਾਲ ਕੇ ਬੰਦਾ ਰੱਖ ਲੈ ਤੇ ਇਹਦੇ ਉੱਤੇ ਕੋਈ ਨਾ ਕੋਈ ਕਾਨੂੰਨੀ ਪੱਖ ਵੀ ਹੋਣਾ ਚਾਹੀਦਾ ਜੇ ਮੈਨੀਫੈਸਟੋ ਵਿੱਚ ਲਿਖੀਆਂ ਹੋਈਆਂ ਗੱਲਾਂ ਜਿਹੜੀਆਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਸਰਕਾਰ ਉੱਤੇ ਕੇਸ ਕਰਕੇ ਤੁਰੰਤ ਉਹਨੂੰ ਬਰਖਾਸਤ ਸਰਕਾਰ ਨੂੰ ਕੀਤਾ ਜਾਵੇ ਚਾਹੇ ਉਹ ਰਾਜਪਾਲ ਦੇ ਦੁਆਰਾ ਚਾਹੇ ਉਹ ਰਾਸ਼ਟਰਪਤੀ ਦੇ ਦੁਆਰਾ ਬਿਲਕੁਲ ਸਹੀ ਸਰਕਾਰਾਂ ਦੇ ਉੱਤੇ ਚੈਕਸ ਹੋਣੇ ਚਾਹੀਦੇ ਆ ਦੂਜੀ ਗੱਲ 5 5 7 7 10 10 ਪੜ੍ਹ ਕੇ ਇੱਕ ਮੰਤਰੀ ਜਿਹੜਾ ਬਣਿਆ ਹੁੰਦਾ ਉਹ ਜਾ ਕੇ ਤਾਂ ਜਿਨੇ 16 16 ਘੰਟੇ ਦੀ ਸਟੱਡੀ ਕੀਤੀ ਆ ਉਹਦੇ ਉੱਤੇ ਜਾ ਕੇ ਰੋਬ ਮਾਰੇ ਇਹ ਕਿੱਥੋਂ ਜਿਹੜਾ ਹੈਗਾ ਵਧੀਆ ਲੱਗਦਾ ਹੁਣ ਤੁਹਾਡੇ ਸਾਹਮਣੇ ਇੱਕ ਉਦਾਹਰਨ ਦੇਵਮਾਨ ਦੀ ਵਿਸਤ੍ਰਣ ਦੀ ਹੋਈ ਜਦੋਂ ਨਰਸ ਨੇ ਇਹਨੂੰ ਦੱਸ ਦਿੱਤਾ ਵੀ ਭਾਈ ਮੈਂ ਪੜ੍ਹੀ ਲਿਖੀਆਂ ਤੇ ਮੈਂ ਇੱਥੇ ਪਰਮਾਨੈਂਟ ਆ ਤੂੰ 5 ਸਾਲ ਵਾਸਤੇ ਆਇਆ ਉਸ ਹਿਸਾਬ ਨਾਲ ਗੱਲ ਕਰ ਜਿਸ ਹਿਸਾਬ ਦੇ ਨਾਲ ਤੇਰੀਆਂ ਡਿਊਟੀਆਂ ਇਹਨਾਂ ਦੀਆਂ ਆਪਣੀਆਂ ਹੱਦਾਂ ਹੋਣੀਆਂ ਚਾਹੀਦੀਆਂ ਇਹ ਹੁਣ ਦੂਜੀ ਤਰ੍ਹਾਂ ਦੀ ਸਾਡੇ ਭਾਰਤ ਦੀ ਕੀ ਹੈ ਸੰਜੀਵ ਜੀ ਅਸੀਂ ਪੰਜਵੀਂ ਫੇਲ ਬੰਦੇ ਦੇ ਕੋਲ ਬੀਏ ਬੀਏ ਐਮਏ ਐਮਏ ਕਰਕੇ ਤਾਂ ਨੌਕਰੀ ਮੰਗਣ ਜਾਂਦੇ ਆ 5ਵੀਂ ਫੇਲ ਹੋਵੇ ਚਾਹੇ ਉਹ 10ਵੀਂ ਫੇਲ ਹੋਵੇ ਸਾਡੇ ਕੋ ਸਿੱਖਿਆ ਮੰਤਰੀ ਜਿਹੜੇ ਹੈਗੇ ਉਹ ਡਾਕਟੋਰੇਟ ਨਹੀਂ ਕਰਕੇ ਬੈਠੇ ਹੁੰਦੇ ਬਸ ਉਹਨਾਂ ਨੂੰ ਇਹ ਹੈਗਾ ਕਿ ਉਹ ਇਲੈਕਸ਼ਨ ਦੇ ਵਿੱਚ ਖੜੇ ਹੋਏ ਨੇ ਤੇ ਉਹਨਾਂ ਨੂੰ ਵੋਟ ਪੈ ਗਈ ਆ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਕੀ ਦੁੱਖ ਪਤਾ ਕਿ ਪੀ ਐਚ ਡੀ ਕਰਨ ਮਗਰੋਂ ਜਿਹੜਾ ਬੰਦਾ ਪ੍ਰਾਇਮਰੀ ਸਕੂਲ ਵਾਲਿਆਂ ਨੂੰ ਪੜ੍ਹਾਉਣ ਲੱਗਾ ਉਹ ਅੰਦਰੋਂ ਅੰਦਰ ਹੀ ਕਿੰਨੀ ਵਾਰੀ ਮਰਦਾ ਬਿਲਕੁਲ ਸਹੀ ਗੱਲ ਆ ਔਰ ਕਿਆ ਜਾਂਦਾ ਹੈ ਕਿ ਮਜ਼ਾਕ ਦੇ ਵਿੱਚ ਗੱਲ ਕਰਦੇ ਨੇ ਕਈ ਮਾਹਿਰ ਐਕਸਪਰਟ ਕਹਿੰਦੇ ਨੇ ਕਿ ਜਿਹੜਾ ਸਕੂਲ ਦੇ ਵਿੱਚ ਨਾ ਬਹੁਤ ਜ਼ਿਆਦਾ ਪੜ੍ਹਨ ਲਿਖਣ ਵਾਲਾ ਹੁੰਦਾ ਬਹੁਤ ਗਹਿਰਾਈ ਚ ਉਤਰਨ ਵਾਲਾ ਹੁੰਦਾ ਉਹ ਬਣਦਾ ਸਾਇੰਟਿਸਟ ਉਹ ਬਣਦਾ ਵਿਚਾਰਕ ਜੋ ਦੂਜਿਆਂ ਨੂੰ ਸਮਾਜ ਨੂੰ ਸੇਧ ਦਿੰਦਾ ਹੈ ਉਸ ਪੋਸਟ ਤੇ ਆਉਂਦਾ ਹੈ ਜਿਹੜਾ ਉਸ ਤੋਂ ਘੱਟ ਪੜ੍ਹਨ ਲਿਖਣ ਵਾਲਾ ਹੁੰਦਾ ਉਹ ਐਡਮਿਨਿਸਟ੍ਰੇਸ਼ਨ 'ਚ ਚਲਾ ਜਾਂਦਾ ਪ੍ਰਸ਼ਾਸਨ 'ਚ ਚਲਾ ਜਾਂਦਾ ਉਹ ਉਹਨਾਂ ਦੇ ਉੱਤੇ ਰੂਲ ਕਰਦਾ ਉਹਨਾਂ ਨੂੰ ਦੱਸਦਾ ਹੈ ਵਿਗਿਆਨਿਕਾਂ ਨੂੰ ਤੁਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਤੇ ਜਿਹੜਾ ਬਿਲਕੁਲ ਹੀ ਪੜ੍ਹਨਾ ਲਿਖਣਾ ਨਹੀਂ ਜਾਣਦਾ ਬਹੁਤ ਹੀ ਘੱਟ ਜਾਣਦਾ ਉਹ ਬਣ ਜਾਂਦਾ ਹੈ ਲੀਡਰ లైన్ తీ ਦੇ ਵਿੱਚ ਆਉਂਦੇ ਉਹ ਦੋਨਾਂ ਨੂੰ ਦੱਸਦਾ ਡੈਮਨਿਸਟ੍ਰੇਸ਼ਨ ਵਾਲਿਆਂ ਨੂੰ ਵੀ ਦੱਸਦਾ ਤੇ ਸਾਇੰਟਿਸਟ ਨੂੰ ਵੀ ਦੱਸਦਾ ਹੂੰ ਸੋ ਇਹ ਹਾਲਤ ਹੈ ਜੋ ਸਾਡੇ ਮਾਹਿਰ ਮੰਨਦੇ ਨੇ ਮਜ਼ਾਕ ਇਹ ਅੱਛਾ ਤੁਹਾਨੂੰ ਲੱਗਦਾ ਨਹੀਂ ਵੀ ਇਹ ਜਿਹੜੇ ਮੰਤਰੀ ਬਣਾਏ ਜਾਂਦੇ ਆ ਜਾਂ ਫਿਰ ਇਹ ਜਿਹੜੇ ਮੰਤਰੀਆਂ ਦੀ ਕੋ ਕੁਆਲਿਫਿਕੇਸ਼ਨ ਰੱਖੀ ਹੋਣੀ ਚਾਹੀਦੀ ਹੈ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਇੱਕ ਸਿੱਖਿਆ ਮੰਤਰੀ ਹੋਵੇ ਉਹ ਘੱਟ ਤੋਂ ਘੱਟ ਡਾਕਟਰ ਲੈਵਲ ਦਾ ਹੋਵੇ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਜਿਹੜਾ ਕਾਨੂੰਨ ਮੰਤਰੀ ਹੋਵੇ ਉਹਨੂੰ ਕਾਨੂੰਨ ਦੀ ਪੜ੍ਹਾਈ ਕੀਤੀ ਹੋਈ ਹੋਣੀ ਚਾਹੀਦੀ ਆ ਨਾ ਕਿ ਇਹ ਨਹੀਂ ਹੋਵੇ ਵੀ ਕਦੀ ਉਹਨੂੰ ਰੇਤ ਦੀਆਂ ਖੱਡਾਂ ਤੇ ਲਾਤਾ ਰੇਤ ਦੀਆਂ ਖੱਡਾਂ ਤੋਂ ਚੱਕ ਕੇ ਉਹਨੂੰ ਟ੍ਰਾਂਸਪੋਰਟ ਤੇ ਲਾਤਾ ਟ੍ਰਾਂਸਪੋਰਟ ਤੋਂ ਬਾਅਦ ਵਿੱਚ ਪਤਾ ਲੱਗਾ ਉਹਦੇ ਕੋਲ ਮਹਿਕਮਾ ਜਿਹੜਾ ਹੈਗਾ ਉਹ ਨਿਆ ਪਾਲਕਾ ਵਾਲਾ ਵੀ ਆ ਹੈਨਾ ਸੋ ਪੰਜਾਬ ਦੀ ਨਿਆ ਵਸਥਾ ਵਾਲਾ ਇਹ ਇਹ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਇਹ ਕਹ ਲੋ ਕਿ ਇੱਕ ਮਿਲਗੋਬਾ ਬਣਾਉਂਦੀਆਂ ਪਰ ਉਹ ਬਣਾਉਂਦੀਆਂ ਸਾਡੀ ਪ੍ਰਣਾਲੀ ਦਾ ਸਾਡੀ ਵਿਵਸਥਾ ਦਾ ਸਾਡੀ ਪੰਜਾਬ ਦੀ ਜਿਹੜੀ ਵਿਵਸਥਾ ਹੈ ਉਹਦੇ ਵਿੱਚ ਸਾਡਾ ਵਰਗ ਜਿਹੜਾ ਹੈਗਾ ਉਹ ਸੰਘਰਸ਼ ਇਸੇ ਕਰਕੇ ਕਰ ਰਿਹਾ ਹਰ ਵਰਗ ਸੰਘਰਸ਼ ਕਰ ਰਿਹਾ ਉਹ ਕਾਰਨ ਕੀ ਹੈ ਕਿਉਂਕਿ ਜਦੋਂ ਲੋਕਾਂ ਨੂੰ ਇੱਥੇ ਨੌਕਰੀ ਨਹੀਂ ਮਿਲਦੀ ਉਹ ਫਿਰ ਰੁੱਖ ਕਰਦੇ ਨੇ ਬਾਹਰ ਦਾ ਕੋਈ ਦੁਬਈ ਜਾਂਦਾ ਕੋਈ ਕੁਵੇਇਤ ਜਾਂਦਾ ਕੋ ਯੂ ਐਸਏ ਕੈਨੇਡਾ ਕਿਤੇ ਨਾ ਕਿਤੇ ਜਾ ਕੇ ਅਗਲੇ ਨੇ ਆਪਣਾ ਰਜ਼ਿਕ ਤਾਂ ਭਾਈ ਲੱਭਣਾ ਇਦੇ ਵਿੱਚ ਕੋਈ ਸ਼ੱਕ ਨਹੀਂ ਰੋਟੀ ਇੱਥੋਂ ਨਹੀਂ ਲੱਭਦੀ ਤਾਂ ਫਿਰ ਉੱਥੇ ਜਾ ਕੇ ਕਮਾਉਣੀ ਪੈਣੀ ਆ ਪਰ ਤੁਸੀਂ ਇਹ ਦੱਸੋ ਵੀ ਉੱਥੋਂ ਦੀ ਸਰਕਾਰ ਫੇ ਕਿੰਦਾ ਚੰਗੀ ਜਿਹੜੀ ਹੈਗੀ ਉਹ ਸਾਡਿਆਂ ਨੂੰ ਵੀ ਲੱਗਦੀ ਆ ਇਹ ਹੀ ਗੱਲ ਆ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਬੰਦਾ ਜਿਸ ਫੀਲਡ ਦਾ ਐਕਸਪਰਟ ਆ ਉਹਨੂੰ ਉਹ ਮਹਿਕਮਾ ਦੇਣਾ ਚਾਹੀਦਾ ਕਿ ਉਹਦਾ ਸੋਚ ਉਹਦਾ ਦਿਮਾਗ ਉਧਰ ਨੂੰ ਜਾਂਦਾ ਉਹਨੂੰ ਉਹੀ ਕੰਮ ਕਰਵਾਓ ਜਿਸਦੇ ਉਹ ਲਾਇਕ ਹੈ ਜਿਸਦੇ ਉਹਦੇ ਕੋਲ ਕੁਆਲੀਫਿਕੇਸ਼ਨ ਹੈ ਦੂਜਾ ਜਿਹੜਾ ਵਿਦੇਸ਼ਾਂ ਜਾਣ ਦੀ ਗੱਲ ਦੇਖੋ ਸਾਡੇ ਕੋਲ ਜਿਹੜੀ ਮੈਨਪਾਵਰ ਹੈ ਜਿੰਨੀ ਸਾਡੀ ਜਨਸੰਖਿਆ ਹੈ ਜੋਸ ਨੂੰ ਸਾਰਿਆਂ ਨੂੰ ਕੰਮ ਦਿੱਤਾ ਜਾਵੇ ਤਾਂ ਦੇਖੋ ਪੰਜਾਬ ਭਾਰਤ ਕਿੱਥੇ ਜਾ ਕੇ ਖੜਾ ਹੋਊਗਾ ਪਰ ਅਸੀਂ ਆਪਣੇ ਹੀ ਦੇਸ਼ ਦੇ ਲੋਕਾਂ ਦੇ ਜਿਹੜੇ ਹੁਨਰ ਨੇ ਉਹਨਾਂ ਦੀ ਵਰਤੋਂ ਨਹੀਂ ਕਰਦੇ ਤੇ ਪਰ ਜਿਹੜੇ ਵਿਦੇਸ਼ ਚ ਬੈਠੇ ਲੋਕ ਨੇ ਪਰ ਜਿਹੜੇ ਵਿਦੇਸ਼ ਦੇ ਐਕਸਪਰਟ ਨੇ ਪਰ ਜਿਹੜੇ ਵਿਦੇਸ਼ ਦੀਆਂ ਗਵਰਨਮੈਂਟਸ ਨੇ ਉਸ ਚੀਜ਼ ਨੂੰ ਸਮਝਦਿਆਂ ਨੇ ਦੇਖੋ ਉਹ ਕੰਮ ਕਰਨ ਵਾਲੇ ਨੂੰ ਇੱਜ਼ਤ ਵੀ ਦਿੰਦੇ ਨੇ ਬੁਲਾਉਂਦੇ ਵੀ ਨੇ ਉਹਨਾਂ ਨੂੰ ਬਣਦਾ ਉਹਨਾਂ ਦਾ ਮਾਣ ਸਤਿਕਾਰ ਵੀ ਦਿੰਦੇ ਆ ਪੇਮੈਂਟਸ ਵੀ ਦਿੰਦੇ ਨੇ ਉਹ ਤਾਂ ਹੀ ਫਿਰ ਭਗਵਾਨ ਜੀ ਤੁਮਨ ਹੋਣਾ ਨੇ ਕਿਹਾ ਹੋਣਾ ਵੀ ਇੱਥੇ ਗੋਰੇ ਵੀ ਕੰਮ ਕਰਨ ਵਾਸਤੇ ਆਉਣਗੇ ਨਾ ਯਾਨੀ ਕਿ ਇੱਥੇ ਤੁਸੀਂ ਐਡਾ ਵਧੀਆ ਸਿਸਟਮ ਬਣਾ ਦੇਣਾ ਕਿ ਗੋਰਿਆਂ ਨੇ ਇੱਥੇ ਕੰਮ ਕਰਨ ਆਉਣਾ ਪਰ ਗੱਲ ਇਹ ਹੈ ਕਿ ਫਿਲਹਾਲ ਇੱਥੇ ਬ੍ਰੇਨ ਡ੍ਰੇਨ ਹੋ ਰਹੀ ਆ ਸਾਰੇ ਬਾਹਰ ਜਾ ਰਹੇ ਨੇ ਸੋ ਜਿੰਨਾ ਇੰਟੈਲੈਕਟਾ ਜਿੰਨੀ ਕ੍ਰੀਮ ਆ ਅਮਰੀਕਾ ਤਾਂ ਚੱਲਦਾ ਹੀ ਇਸ ਸਿਸਟਮ ਦੇ ਉੱਤੇ ਆ ਕਿ ਉਹਨਾਂ ਨੇ ਸਾਰੇ ਜਿਹੜੇ ਬ੍ਰਿਲਿਅੰਟ ਬ੍ਰੇਨਸ ਨੇ ਆਪਣੇ ਕੋਲ ਲੈ ਗਏ ਨੇ ਸਾਨੂੰ ਸਮਝਣ ਦੇ ਵਿੱਚ ਪਰੇਸ਼ਾਨੀ ਹੋ ਗਈ ਕਿਸ ਚੀਜ਼ ਤੋਂ ਮੈਨੂੰ ਲੱਗਦਾ ਆ ਵੀ ਸਾਡੀ ਅੱਖ ਜਿਹੜੀ ਹੈਗੀ ਆ ਉਹ ਵਿਚੋਲੇ ਵਾਲੀ ਨਹੀਂ ਰਹੀ ਅੱਛਾ ਜੀ ਮੈਨੂੰ ਲੱਗਦਾ ਆ ਵੀ ਸਾਨੂੰ ਦੂਸਰੇ ਤਰੀਕੇ ਨਾਲ ਸਮਝਣਾ ਪੈਣਾ ਇੱਕ ਸਗਾ ਬੰਦਾ ਬਾਬਾ ਬਿਰਤੀ ਵਾਲਾ ਬੰਦਾ ਸੀਗਾ ਬਹੁਤ ਸਿਆਣਾ ਬੰਦਾ ਸੀਗਾ ਬੜਾ ਸਤਿਕਾਰਯੋਗ ਸੀਗਾ ਹਾਂਜੀ ਸਵੇਰੇ ਸਵੇਰੇ ਕਿਤੇ ਸਮੁੰਦਰ ਤੇ ਗਿਆ ਸਮੁੰਦਰ ਦੇ ਟਹਿਲ ਦੇ ਟਹਿਲ ਦੇ ਨੇ ਕੀ ਦੇਖਿਆ ਉਹਨੇ ਦੇਖਿਆ ਵੀ ਇੱਕ ਬੰਦਾ ਜਿਹੜਾ ਹੈਗਾ ਮੁੰਡਾ ਸੀ ਉਹ ਇੱਕ ਔਰਤ ਦੇ ਗੋਦੀ ਦੇ ਵਿੱਚ ਸਿਰ ਰੱਖ ਕੇ ਜਿਹੜਾ ਹੈਗਾ ਉਹ ਸੁੱਤਾ ਚੱਲਾਂ ਕਰੀ ਜਾਵੇ ਨਾਲ 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 ਸੁੱਤਾ ਸੀ ਹੂੰ ਹੂੰ ਕੋਲ ਉਹਦੇ ਇੱਕ ਬੋਤਲ ਪਈ ਹੂੰ ਹੂੰ ਹਾਂਜੀ ਸ਼ਰਾਬ ਵਾਲੀ ਬੋਤਲ ਪਈ ਹੋਈ ਸੀਗੀ ਹੂੰ ਹੂੰ ਤੇ ਫੇਰ ਜਿਹੜਾ ਸੰਤ ਉਹਦਾ ਮਨ ਜਿਹੜਾ ਹੈਗਾ ਬੜਾ ਦੁਖੀ ਹੋਇਆ ਕਹਿੰਦਾ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੂੰ ਤੁਸੀਂ ਦੇਖੋ ਮੈਂ ਸਵੇਰੇ ਸਵੇਰੇ ਜਿਹੜਾ ਹੈ ਉਹ ਇੱਧਰ ਘੁੰਮਣ ਆਇਆ ਤੇ ਇੱਕ ਦੇਖੋ ਮੈਂ ਸਾਧੂ ਵਰਤੀ ਦਾ ਮੈਂ ਤਾਂ ਮੇਰੇ ਸਾਹਮਣੇ ਇੱਕ ਜਵਾਨ ਮੁੰਡਾ ਜਿਹੜਾ ਹੈਗਾ ਇੱਕ ਔਰਤ ਦੇ ਗੋਦੀ ਦੇ ਵਿੱਚ ਜਿਹੜਾ ਹੈਗਾ ਬੈਠਾ ਉਹਦੇ ਕੋਲ ਜਿਹੜੀ ਹੈਗੀ ਉਹ ਬੋਤਲ ਪਈ ਹੈਗੀ ਆ ਸ਼ਰਾਬ ਮਤਲਬ ਬੋਤਲ ਸਗੀ ਤੇ ਉਤੋਂ ਢੱਕਣ ਖੁੱਲਾ ਹੋਇਆ ਸੀਗਾ ਹੂੰ ਇੱਕਦਮ ਉੱਥੇ ਨਾ ਆਵਾਜ਼ ਆਈ ਬਚਾਓ 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 ਸਮੁੰਦਰ ਦੇ ਵੱਲੋਂ ਉਹ ਮੁੰਡਾ ਉੱਠ ਕੇ ਦੌੜਿਆ ਜਿਹੜਾ ਮੁੰਡਾ ਕੋਦੀ ਦੇ ਵਿੱਚ ਪਿਆ ਹੋਇਆ ਸੀ ਘੌਰਤ ਦੇ ਇੱਕਦਮ ਦੌੜ ਕੇ ਜਾ ਕੇ ਤੇ ਸਮੁੰਦਰ ਦੇ ਵਿੱਚ ਕੋ ਡੋਬ ਰਿਆ ਸੀਗਾ ਉਹਨੂੰ ਜਾ ਕੇ ਬਚਾ ਲਿਆ ਅੱਛਾ ਸਾਧੂ ਆਪ ਨਹੀਂ ਦੌੜਿਆ ਕਿਉਂਕਿ ਸਾਧੂ ਨੂੰ ਤੈਰਨਾ ਨਹੀਂ ਆਉਂਦਾ ਸੀ ਉਹਨੂੰ ਪਤਾ ਹੀ ਨਹੀਂ ਸੀ ਕਿੱਦਾਂ ਬਚਾਉਣਾ ਉਹ ਜਿਹੜਾ ਉੱਥੇ ਗਿਆ ਸੀ ਸਿਆਣਾ ਬੰਦਾ ਹੁਣ ਸਿਆਣੇ ਬੰਦੇ ਦੀ ਸੋਚ ਇਹ ਸੀਗੀ ਵੀ ਇਹ ਜਿਹੜਾ ਹੈਗਾ ਬੰਦਾ ਇਹ ਹੁਣ ਦੇਖੋ ਹੁਣ ਅਗਲੇ ਕਹਿੰਦੇ ਵੀ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੁੰਦਾ ਉਹ ਜਿਹੜਾ ਬਚਾਉਣ ਵਾਲਾ ਸੀਗਾ ਉਹ ਮੁੰਡਾ ਉਹਨੂੰ ਜਾ ਕੇ ਪੁੱਛਿਆ ਵੀ ਕਾਕਾ ਦੱਸ ਵੀ ਤੂੰ ਇੰਨਾ ਵਧੀਆ ਕੰਮ ਕੀਤਾ ਇੰਨਾ ਸੋਹਣਾ ਸਾਰਾ ਕੁਝ ਹੋਇਆ ਤੂੰ ਦੌੜ ਕੇ ਜਾ ਕੇ ਮੁੰਡੇ ਨੂੰ ਬਚਾ ਲਿਆ ਓਏ ਤੂੰ ਆ ਔਰਤ ਦੇ ਗੋਦੀ ਚ ਸਿਰ ਰੱਖ ਕੇ ਜਿਹੜਾ ਹੈਗਾ ਉਹ ਗੱਲਾਂ ਕਰੀ ਜਾਣਾ ਆ ਸ਼ਰਾਬ ਦੀ ਬੋਤਲ ਆ ਦੇਖ ਖਾਲੀ ਕਰਕੇ ਤੂੰ ਛੁੱਟੀ ਆ ਕਹਿੰਦਾ ਨਹੀਂ ਜੀ ਇਹ ਗੱਲ ਤੁਹਾਡੀ ਬਿਲਕੁਲ ਗਲਤ ਆ ਹੂੰ ਦਰਅਸਲ ਗੱਲ ਇਹ ਤਾਂ ਹੋਈ ਵੀ ਮੈਂ ਹੋਇਆ ਸੀਗਾ ਥੱਕਿਆ ਹੂੰ ਤੇ ਮੇਰੀ ਮਾਂ ਸਮੁੰਦਰ ਦਾ ਪਾਣੀ ਪੀਣ ਯੋਗ ਨਹੀਂ ਹੁੰਦਾ ਮੇਰੀ ਮਾਂ ਜਿਹੜੀ ਹੈਗੀ ਆ ਉਹ ਮੇਰੇ ਵਾਸਤੇ ਉੱਥੋਂ ਪਾਣੀ ਲੈ ਕੇ ਆਈ ਆ ਘਰਾਂ ਚੋਂ ਤੇ ਪਾਣੀ ਜਿਹੜਾ ਹੈਗਾ ਉਹਦੇ ਵਾਸਤੇ ਉਹਨੂੰ ਕੋਈ ਭਾਂਡਾ ਭੁੰਡਾ ਨਹੀਂ ਲੱਭਿਆ ਉਹਨੇ ਫਿਰ ਇਸ ਬੋਤਲ ਦੇ ਵਿੱਚ ਧੋ ਬਣਾ ਕੇ ਤਾਂ ਇਸ ਬੋਤਲ 'ਚ ਪਾਣੀ ਪਾ ਕੇ ਤਾਂ ਮੈਨੂੰ ਲਿਆ ਕੇ ਦਿੱਤਾ ਅੱਛਾ ਤੇ ਉਸ ਤੋਂ ਬਾਅਦ ਵਿੱਚ ਮੈਂ ਕਿਹਾ ਵੀ ਮਾਂ ਵੀ ਮੈਨੂੰ ਮੱਛੀਆਂ ਫੜਦੇ ਨੂੰ ਇੰਨੀ ਧੀਰ ਹੋ ਗਈ ਆ ਵੀ ਮੈਨੂੰ ਆਪਣੀ ਗੋਦੀ ਦੇ ਵਿੱਚ ਜਿਹੜਾ ਹੈਗਾ ਤੋ ਮਿੰਟ ਬਿਠਾ ਲਾ ਹੈ ਮੈਨੂੰ ਸੁਵਾ ਦੇ ਹੈ ਕਹਿੰਦਾ ਉਹ ਮਾਂ ਮੇਰੇ ਕਹਿੰਦਾ ਵਾਲਾਂ 'ਚ ਹੱਥ ਤਾਂ ਫੇਰਦੀ ਸੀ ਕਿ ਮੈਂ ਉਹਦੀ ਗੋਦੀ ਦੇ ਵਿੱਚ ਤਾਂ ਸਿਰ ਰੱਖਿਆ ਸੀ ਮੇਰੀ ਮਾਂ ਆ ਵੀ ਮੈਨੂੰ ਨੀਂਦ ਆ ਜਾਊਗੀ ਹਮ ਦੇਖੋ ਤੇ ਜਿਹੜਾ ਉਹ ਬਾਬਾ ਸੀ ਜਿਹੜਾ ਉਹ ਸਿਆਣਾ ਬੰਦਾ ਸੀ ਉਹ ਕਹਿੰਦਾ ਭਾਈ ਮੈਂ ਜੋੜੇ ਹੱਥ ਮੈਂ ਏਡਾ ਸਿਆਣਾ ਨਹੀਂ ਹੈਗਾ ਵੀ ਜਿਹੜਾ ਲੋਕਾਂ ਨੂੰ ਜੱਜ ਕਰ ਸਕਾਂ। ਦੂਜੀ ਗੱਲ ਇਹ ਸੰਜੀਵ ਜੀ ਫੈਸਲਾ ਲੈਣ ਤੋਂ ਪਹਿਲਾਂ ਬਿਲਕੁਲ ਸਹੀ ਗੱਲ ਹੈ। ਹਰ ਚੀਜ਼ ਦੀ ਕੋਕ ਪੜਤਾਲ ਕਰ ਲੈਣੀ ਚਾਹੀਦੀ ਹੈ। ਇੱਕ ਪਰਸੈਪਸ਼ਨ ਨਾ ਸਾਡੇ ਮਾਈਂਡ 'ਚ ਪਹਿਲਾਂ ਹੀ ਬਣੀ ਹੁੰਦੀ ਹੈ। ਅਸੀਂ ਪਹਿਲਾਂ ਹੀ ਡਿਸੀਜਨ ਲੈ ਕੇ ਤੁਰੇ ਹੁੰਦੇ ਆ ਕਿ ਇਹ ਗੱਲ ਐਦਾਂ ਹੀ ਆ। ਫਿਰ ਕੀ ਹੁੰਦਾ ਕਿ ਸੱਚਾਈ ਨੂੰ ਸਮਝਣਾ ਸਾਡੇ ਵਾਸਤੇ ਮੁਸ਼ਕਲ ਹੋ ਜਾਂਦਾ। ਮੁਸ਼ਕਲ ਹੋ ਜਾਂਦਾ। ਜਦ ਕਿ ਅਸੀਂ ਬਿਲਕੁਲ ਕੋਰੇ ਹੋ ਕੇ ਤੁਰੀਏ। ਪਹਿਲਾਂ ਦੇਖਤਾ ਲਈਏ, ਕੋਕਤਾ ਲਈਏ ਗੱਲ ਕੀ ਹੈਗੀ। ਗੱਲ ਕੀ ਹੈ। ਤਾਂ ਜਾ ਕੇ ਕਿਤੇ ਪਹੁੰਚਾਂਗੇ। ਕਿਤੇ ਨਾ ਕਿਤੇ ਗੱਲ ਇਹ ਹੁੰਦੀ ਆ ਅੱਜ ਕੱਲ ਜਿਸ ਤਰ੍ਹਾਂ ਇਹ ਪੋਲਿਟਿਕਸ ਚੱਲਦਾ ਪਿਆ ਜਿੱਦਾਂ ਹੁਣ ਆਮ ਆਦਮੀ ਪਾਰਟੀ ਨੂੰ ਪੁੱਛਿਆ ਜਾਵੇ ਤੁਹਾਡੀ ਵਿਚਾਰਧਾਰਾ ਕੀ ਆ ਕੀ ਤੁਹਾਡਾ ਥਾਟ ਪ੍ਰੋਸੈਸ ਆ ਆਈਡੀਓਲੋਜੀ ਕੀ ਆ ਸਿੰਪਲ ਗੱਲ ਤੁਹਾਨੂੰ ਇਹ ਮਿਲੇਗੀ ਕਿ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕਿਦਾਂ ਕਰਨਾ ਥੈਟਸ ਆਲ ਕੋਈ ਤੁਸੀਂ ਦੇਖੋ ਕੋਈ ਉਹਨਾਂ ਦਾ ਇਦਾਂ ਦਾ ਸਿਲਸਿਲਾ ਨਹੀਂ ਮਿਲਦਾ ਜਿੱਦਾਂ ਬਾਕੀ ਪਾਰਟੀਆਂ ਦਾ ਮਿਲਦਾ ਹੈ ਕਿ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲਦੇ ਨੇ ਇਹ ਸਿਰਫ ਇੱਕ ਪ੍ਰੋਬਲਮਸ ਨੂੰ ਆਪਾਂ ਕਿਦਾਂ ਸੋਲਵ ਕਰਨਾ ਹੈ ਪੈਂਦੀ ਸੱਟੇ ਜਾਂ ਔਨ ਦਾ ਸਪਾਟ ਉਸ ਦੇ ਉੱਤੇ ਉਹ ਅਮਲ ਕਰਦੇ ਨੇ ਇਹ ਸਟਰੈਟਜੀ ਦੇਖੀ ਜਾਵੇ ਤਾਂ ਇੱਕ ਬਿਜ਼ਨਸ ਦੀ ਸਟਰੈਟਜੀ ਆ ਮਾਰਕੀਟਿੰਗ ਦੀ ਸਟਰੈਟਜੀ ਕਹਿ ਸਕਦੇ ਹੋ ਮਤਲਬ ਜੋ ਐਡਮਿਨਿਸਟ੍ਰੇਸ਼ਨ ਆ ਉਹਦੇ ਵਿੱਚ ਜੋ ਮੈਨੇਜਮੈਂਟ ਹੁੰਦੀ ਆ ਉਹ ਸਾਰੀ ਇਸੇ ਚੀਜ਼ ਦੀ ਪੜਾਈ ਆ ਕਿ ਤੁਸੀਂ ਮੌਕੇ ਦੇ ਉੱਤੇ ਆ ਕੇ ਕਿੱਦਾਂ ਉਸ ਪ੍ਰੋਬਲਮ ਨੂੰ ਸੋਲਵ ਕਰਨਾ ਜਦੋਂ ਮੁੰਡਾ ਭੱਜ ਕੇ ਗਿਆ ਤੇ ਬਚਾ ਕੇ ਲੈ ਆਇਆ ਉਹਦੀ ਕੋਈ ਆਈਡੀਓਲੋਜੀ ਨਹੀਂ ਉਸ ਵਕਤ ਕੋਈ ਆਈਡੀਓਲੋਜੀ ਨਹੀਂ ਉਹ ਜੀਉਣਾ ਹੁੰਦਾ ਹੈ ਜੀਉਣਾ ਤੇ ਜੀਉਣ ਵਾਸਤੇ ਜ਼ਰੂਰੀ ਆ ਕਿ ਤੁਸੀਂ ਖੁਦ ਵੀ ਬਚਣਾ ਜਾਣਦੇ ਹੋ ਤੇ ਦੂਜੇ ਨੂੰ ਬਚਾਉਣਾ ਵੀ ਜਾਣਦੇ ਹੋ ਵੱਡੀਆਂ-ਵੱਡੀਆਂ ਪੁਸਤਕਾਂ ਜ਼ਰੂਰ ਆ ਤੁਸੀਂ ਪੜ੍ਹੋ ਪਰ ਜਦੋਂ ਉਹਦੇ 'ਚ ਪੜਿਆ ਹੋਇਆ ਤੁਸੀਂ ਅਮਲ ਦੇ ਵਿੱਚ ਲੈ ਕੇ ਆਉਂਦੇ ਹੋ ਤਾਂ ਜਾ ਕੇ ਗੱਲ ਬਣੇਗੀ। ਉੱਥੇ ਉਹ ਮਾਂ ਦੀ ਸਿੱਖਿਆ ਲੈ ਕੇ ਬੈਠਾ ਹੋਇਆ ਐਵੇਂ ਨਹੀਂ ਮਾਂ ਦੀ ਗੋਦੀ 'ਚ ਲੇਟਿਆ ਹੋਇਆ। ਉਹ ਮਾਂ ਦੀ ਸਿੱਖਿਆ ਤੇ ਤੁਰਦਾ ਉਹਦੇ ਅੰਦਰ ਉਹ ਚੀਜ਼ ਹੈਗੀ ਆ। ਤੇ ਗੱਲ ਇਹ ਆ ਕਿ ਜਦੋਂ ਕਿਸੇ ਚੀਜ਼ ਨੂੰ ਮੌਕਾ ਮਿਲਦਾ ਆਪਣੇ ਹੁਨਰ ਨੂੰ ਵਿਖਾਉਣ ਦਾ ਹਾਂਜੀ ਉਸ ਵਕਤ ਜਦੋਂ ਉਹ ਹੁਨਰ ਦਾ ਮੁੱਲ ਪੈ ਜਾਂਦਾ ਜਦੋਂ ਉਹ ਹੁਨਰ ਦਿਖਾਉਣ ਦੇ ਵਿੱਚ ਕਾਮਯਾਬ ਹੋ ਜਾਂਦਾ ਇਥੋਂ ਮੈਨੂੰ ਗੱਲ ਜਿੱਤ ਤੇ ਆਈ ਕੋਈ ਮੈਂ ਸੁਣਾਉਂਗਾ ਪਹਿਲਾਂ ਤੁਸੀਂ ਦੱਸੋ ਤੁਹਾਡੇ ਅੰਦਰ ਕਿਹੜਾ ਬਲਵਲਾ ਹੁੰਦਾ ਪਿਆ ਇਹ ਬਲਵਲਾ ਇਹ ਮੈਂ ਨਾਲ ਤੁਹਾਡੀ ਗੱਲ ਦੇ ਜੋੜਨ ਲੱਗਾ ਸੀ ਕਿ ਕਲਾ ਤਾਂ ਸਾਡੇ ਪੰਜਾਬੀਆਂ ਦੇ ਵਿੱਚ ਹੱਥਾਂ ਦੇ ਵਿੱਚ ਬਹੁਤ ਹੈਗੀ ਆ ਕੁੱਟ-ਕੁੱਟ ਕੇ ਪਰੀ ਹੈ ਕੁੱਟ-ਕੁੱਟ ਕੇ ਪਰੀ ਹੋਈ ਆ ਹਰ ਇੱਕ ਬੰਦਾ ਕਲਾਕਾਰ ਹੈ ਇੱਥੇ ਤੇ ਕਲਾਕਾਰ ਇਹ ਨਹੀਂ ਵੀ ਇਕੱਲੇ ਗਾਉਣ ਵਾਲੀ ਆ ਵੀ ਹਰ ਇੱਕ ਕਿਸਬ ਦਾ ਕਲਾਕਾਰ ਹੈਗਾ ਕਿਸਬ ਨਹੀਂ ਮੈਂ ਕਿਸਬ ਕਹਿਣਾ ਇਹਨੂੰ ਕਿਉਂਕਿ ਕਿਸਬ ਜਿਹੜੀ ਹੁੰਦੀ ਆ ਉਹ ਕਲਾ ਦੇ ਨਾਲ ਜੁੜੀ ਹੋਈ ਹੁੰਦੀ ਆ ਉਹ ਕੀਰਤਨਾ ਜੁੜਦੀ ਆ ਸੋ ਹਰ ਬੰਦਾ ਜਿਹੜਾ ਹੈਗਾ ਉਹ ਕੀਰਤ ਕਰਨੀ ਜਾਣਦਾ ਬਸ ਉਹ ਸ਼ਰਮਾਉਂਦਾ ਰਹਿੰਦਾ ਬਿਲਕੁਲ ਮੈਨੂੰ ਨਾ ਆਹ ਕੰਮ ਕਰਦੇ ਨੂੰ ਵੇਖ ਕੇ ਲੋਕ ਕੀ ਸੋਚਣਗੇ ਤੇ ਜੇ ਲੋਕ ਕੀ ਕਹਿਣਗੇ ਤਾਂ ਫਿਰ ਕਹਿੰਦੇ ਰਹਿਣ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਹਾਂ ਇਹ ਰੋਗ ਹਟ ਜਾਣਾ ਚਾਹੀਦਾ ਬਿਲਕੁਲ ਆ ਤੁਸੀਂ ਜਿਹੜਾ ਬਚਾਉਣ ਦੀ ਗੱਲ ਕੀਤੀ ਹੈ ਨਾ ਲੋਕ ਕੀ ਸੋਚਣਗੇ ਜੇ ਇਹ ਵੀ ਆਪਾਂ ਹੀ ਸੋਚਣਾ ਤਾਂ ਫਿਰ ਲੋਕਾਂ ਨੇ ਕੀ ਸੋਚਣਾ ਇਹ ਅਸੀਂ ਸੋਚਦੇ ਹਾਂ ਲੋਕਾਂ ਕੋਲ ਵੇਲ ਕਿੱਥੇ ਦੂਜੇ ਬਾਰੇ ਸੋਚਣ ਦਾ ਬਿਲਕੁਲ ਤਾਂ ਆ ਜਿਹੜੀ ਤੁਸੀਂ ਬਚਾਉਣ ਦੀ ਗੱਲ ਕੀਤੀ ਹੈ ਨਾ ਇੱਥੋਂ ਮੈਨੂੰ ਇੱਕ ਗੱਲ ਯਾਦ ਆਈ ਇੱਕ ਜਣਾ ਨਹਿਰ 'ਚ ਡੁੱਬਦਾ ਪਿਆ ਸਾਰੇ ਜਣੇ ਪੁਲ ਤੇ ਖੜੇ ਉਹ ਬਚਾਓ ਯਾਰ ਉਹ ਗਿਆ ਬਚਾਓ ਯਾਰ ਗਿਆ ਇੰਨੇ ਨੂੰ ਇੱਕ ਬੰਦੇ ਨੇ ਛਾਲ ਮਾਰੀ ਅੱਛਾ ਜੀ ਪਛਾ ਕੇ ਲੈ ਆਇਆ ਸਭ ਨੇ ਸ਼ਾਬਾਸ਼ੀ ਦਿੱਤੀ ਬਹੁਤ ਵਧੀਆ ਬਹੁਤ ਵਧੀਆ ਕਹਿੰਦਾ ਉਹ ਤਾਂ ਠੀਕ ਹੈ ਪਹਿਲਾਂ ਇਹ ਦਸ ਮੈਨੂੰ ਧੱਕਾ ਕਿਨੇ ਦਿੱਤਾ ਧੱਕਾ ਕਿਨੇ ਦਿੱਤਾ ਸੀ ਮਤਲਬ ਉਹ ਜ਼ਬਰਦਸਤੀ ਦਾ ਬਹਾਦਰ ਬਣ ਗਿਆ ਹਾਂਜੀ ਸੋ ਸ਼ੈਕਸਪੀਅਰ ਵੀ ਇਦਾਂ ਕਹਿੰਦਾ ਜੀ ਕਹਿੰਦਾ ਕਿ ਕੁਝ ਲੋਕ ਤਾਂ ਮਹਾਨ ਪੈਦਾ ਹੁੰਦੇ ਨੇ ਜੀ ਪਰ ਕੁਝ ਲੋਕਾਂ ਦੇ ਉੱਤੇ ਨਾ ਮਹਾਨਤਾ ਸੀ ਮੜ ਦਿੰਦੇ ਆ ਜ਼ਬਰਦਸਤੀ ਨਾਲ ਉਹ ਮਹਾਨ ਹੁੰਦੇ ਨਹੀਂ ਤੇ ਕੁਝ ਲੋਕ ਇਦਾਂ ਦੇ ਹੁੰਦੇ ਨੇ ਉਹ ਮਹਾਨ ਬਣਨ ਦਾ ਨਾਟਕ ਕਰਦੇ ਨੇ ਪਰ ਸਮਾਂ ਆਣ ਤੇ ਉਹਨਾਂ ਦੀ ਸੱਚਾਈ ਸਾਹਮਣੇ ਆ ਜਾਂਦੀ ਹੈ ਸਰਕਾਰਾਂ ਦਾ ਵੀ ਇਹੀ ਹਾਲ ਹੈਗਾ ਆ ਬਹੁਤੀਆਂ ਸਿਆਣੀਆਂ ਬਣਦੀਆਂ ਰਹਿੰਦੀਆਂ ਆ ਬਹੁਤੀਆਂ ਸਿਆਣੀਆਂ ਗੱਲਾਂ ਕਰਦੀਆਂ ਰਹਿੰਦੀਆਂ ਪਰ ਜਦੋਂ ਪ੍ਰੈਕਟੀਕਲੀ ਦੇਖਦੇ ਆ ਤਾਂ ਉਹ ਬਿਲਕੁਲ ਠੋਸ ਹੋ ਜਾਂਦੀਆਂ ਆ ਤੇ ਜਿੰਨੀਆਂ ਸਿਆਣੀਆਂ ਜਿੱਦਾਂ ਤੁਸੀਂ ਸਿਆਣੀਆਂ ਗੱਲਾਂ ਕਰਦੇ ਇਦਾਂ ਹੀ ਸਰਕਾਰਾਂ ਕਰੀ ਜਾਂਦੀਆਂ ਇਹ ਕਿਹਦੇ ਮਤਲਬ ਬੰਨ ਠੋਸ ਨਹੀਂ ਤੁਸੀਂ ਠੋਸ ਨਹੀਂ ਹੈਗੇ ਪਰ ਇਹਨਾਂ ਹੈ ਕਿ ਤੁਸੀਂ ਜਿਹੜੀ ਗੱਲ ਕਰਦੇ ਹੋ ਉਹ ਪਾਇਦਾਰ ਕਰਦੇ ਆ ਤੁਸੀਂ ਤੁਹਾਡੇ ਵਰਗੇ ਇੱਕ ਸਿਆਣਾ ਬੰਦਾ ਚਲੋ ਮੈਂ ਹੁਣ ਆਪਾਂ ਜੇ ਮਜ਼ਾਈਏ ਅਲੱਗੇ ਵਿੱਚ ਕਹਿਣਾ ਹੀ ਹੈ ਤੇ ਤੁਹਾਡੇ ਵਰਗੇ ਇੱਕ ਸਿਆਣਾ ਬੰਦਾ ਇੱਕ ਮੁੰਡੇ ਨੂੰ ਕਿਤੇ ਨਾ ਇੱਕਦਮ ਅੱਗ ਲੱਗੀ ਮਤਲਬ ਪਤਾ ਨਹੀਂ ਉਹਦੇ ਇੱਕਦਮ ਪਿੰਡੇ ਨੂੰ ਅੱਗ ਲੱਗੀ ਹੈ ਨਾ ਕੱਪੜਿਆਂ ਨੂੰ ਅੱਛਾ ਤੇ ਲੱਗੇ ਸੀ ਨਹਿਰ ਤੇ ਨਹਿਰ ਦੇ ਵਿੱਚ ਉਹ ਛਾਲ ਮਾਰਨ ਲੱਗਾ ਤੁਹਾਡੇ ਵਰਗੇ ਸਿਆਣੇ ਬੰਦੇ ਨੇ ਉਹਨੂੰ ਰੋਕ ਦਿੱਤਾ ਅੱਛਾ ਕਹਿੰਦਾ ਨਾ 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 ਕਾਕਾ ਪਾਣੀ 'ਚ ਨਾ ਛਾਲ ਮਾਰੀ ਤਤ ਠੰਡਾ ਹੋ ਜਾਏਗਾ ਹਾਂ ਦੱਸੋ ਪਹਿਲੇ ਲੋਕ ਵੀ ਉਸ ਫਿਲਮੇ ਜਾਨ ਬਚਾਉਣੀ ਹੈ ਕਿ ਤਤ ਢੰਡ ਦੇਖਣਾ ਹੈ ਨਾ ਸੋ ਇਹ ਜਿਹੜੀ ਆ ਸਿਆਣਪ ਆ ਨਾ ਇਹ ਸਰਕਾਰ ਨੂੰ ਆਪਣੇ ਕੋਲ ਰੱਖ ਕੇ ਪ੍ਰੈਕਟੀਕਲ ਹੋਣਾ ਪੈਣਾ ਹੈ ਪ੍ਰੈਕਟੀਕਲ ਫੰਕਸ਼ਨਲ ਨੋਲੇਜ ਫੰਕਸ਼ਨਲ ਨੋਲੇਜ ਹੋਣੀ ਚਾਹੀਦੀ ਹੈ ਦੇਖੋ ਕੱਲਾ ਕੱਲਾ ਮੰਤਰੀ 91 ਸੀਟਾਂ ਦਿੱਤੀਆਂ ਭਾਈ 91 ਸੀਟਾਂ ਉੱਤੇ ਤੁਸੀਂ ਆਪਣਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਨਾਲ ਰਾਜ ਕਾਇਮ ਕਰਕੇ ਬੈਠੇ ਆ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਅੱਧੀ ਰਾਤ ਨੂੰ ਉੱਠ ਕੇ ਤਾਂ ਤੁਰਪੁਰ ਛਾਪੇ ਮਾਰਨ ਤੁਸੀਂ ਪ੍ਰੈਕਟੀਕਲੀ ਕੁਝ ਤਾਂ ਕਰਕੇ ਦੇਖੋ ਕੋਈ ਰੋਜ਼ਗਾਰ ਦੇ ਕੇ ਦਿਓ ਲੋਕਾਂ ਦੇ ਵਿੱਚ ਦੀ ਤੁਸੀਂ ਜੇ ਵਿਚਾਰਨ ਆ ਤਾਂ ਦੇਖੋ ਅਜੇ ਤੱਕ ਤਾਂ ਮੈਂ ਇਹ ਕਹਿਣਾ ਹੈ ਕਿ ਜੇ ਸਰਕਾਰ ਨੇ ਕੁਝ ਨਾ ਕੁਝ ਕੀਤਾ ਹੁੰਦਾ ਤਾਂ ਦਿਸਦਾ ਹੁੰਦਾ ਹੁਣ ਵਿਰੋਧੀ ਪਾਰਟੀਆਂ ਨੂੰ ਵੀ ਜਿਹੜਾ ਹੈ ਹੁਣ ਤੁਸੀਂ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਦੇਖ ਲਓ ਉਹ ਕਹਿੰਦੇ ਵੀ 111 ਦਿਨਾਂ ਦੀ ਸਰਕਾਰ ਦੇ ਵਿੱਚ ਜਿਹੜੀ ਅਸੀਂ ਰੇਤਾ ਜਿਹੜੀ ਉਹ ਸਸਤੀ ਕੀਤੀ ਸੀਗੀ ਉਹ ਹੁਣ ਇੱਥੇ ਆ ਕੇ ਉਹਨਾਂ ਨੂੰ ਮਹਿੰਗੀ ਕਰ ਦਿੱਤੀ ਹੈ 10000 ਰੁਪਏ ਟਰਾਲੀ ਕਹਦੇ ਪਏ ਨੇ ਹੁਣ ਤੁਸੀਂ ਦੱਸੋ ਤਾਂ ਗਰੀਬ ਬੰਦਾ ਜਿਹੜਾ ਹੈ ਉਹ ਛਤਣ ਤੋਂ ਪਹਿਲਾਂ ਆਪਣਾ ਮਕਾਨ ਤਾਂ 10 ਵਾਰੀ ਸੋਚੂਗਾ ਬਿਲਕੁਲ ਸਹੀ ਹੁਣ ਤੁਸੀਂ ਦੱਸੋ ਜੇ ਇੰਨੀ ਮਹਿੰਗੀ ਰੇਤਾ ਦੇ ਨਾਲ ਮਕਾਨ ਪਾਇਆ ਜਾਊਗਾ ਕਿੱਥੋਂ ਪੈਣੀਆਂ ਕਿੱਥੋਂ ਪੂਰੀਆਂ ਪੈਣੀਆਂ ਗੱਲ ਤਾਂ ਇਹ ਆ ਜਦੋਂ ਆਪਾਂ ਗੱਲ ਕਰਦੇ ਆ ਰੋਟੀ ਦੀ ਉੱਥੇ ਸਮੱਸਿਆ ਸਮੱਸਿਆ ਕੋਈ ਪਾਲਿਸੀ ਨਹੀਂ ਜਦੋਂ ਆਪਾਂ ਗੱਲ ਕਰਦੇ ਆ ਮਕਾਨ ਦੀ ਆ ਦੇਖ ਲਓ ਕਈ ਥਾਂ ਤੇ ਤਾਂ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਹੁਣ ਤੁਹਾਡੇ ਸਾਹਮਣੇ ਨੇ ਛਡਾਉਂਦੇ ਪੈਣੇ ਕਹਿੰਦੇ ਨੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਉਹਦੇ ਉੱਤੇ ਵੱਡੇ ਵੱਡੇ ਜਿਹੜੇ ਅਸਲ ਜ਼ਸੂਕ ਵਾਲੇ ਬੰਦੇ ਨੇ ਉਹ ਕਬਜ਼ੇ ਕਰਕੇ ਬੈਠੇ ਨੇ ਇਹ ਕਿਹੋਣ ਕਿਵੇਂ ਛਡਾਉਣੇ ਆ ਹੋ ਗਈ ਮਕਾਨ ਦੀ ਹਾਲ ਜੀ ਕੱਪੜਾ ਉਹ ਵੀ ਤੁਹਾਡੇ ਸਾਹਮਣੇ ਕਿ ਜਿੰਨੀ ਪਰਚੇਜ਼ਿੰਗ ਪਾਵਰ ਸਾਡੇ ਕੋਲ ਹੈਗੀ ਆ ਇਸ ਮਹੀਨੇ ਪਜਾਮਾ ਲੈ ਲੈਂਦੇ ਆ ਅਗਲੇ ਮਹੀਨੇ ਕੁੜਤਾ ਲੈ ਲਾਂਗੇ ਜਾਂ ਇਸ ਮਹੀਨੇ ਪਜਾਮਾ ਸਵਾਲ ਲੈਂਦੇ ਆ ਅਗਲੇ ਮਹੀਨੇ ਕੁੜਤਾ ਸਵਾਲਾਂਗੇ ਆ ਹਾਲਤ ਹੋਈ ਹੋਈ ਆ ਸੋ ਇਹ ਹੈ ਕੱਪੜੇ ਦੀ ਹਾਲਤ ਸਿੱਖਿਆ ਕੋਵਿਡ ਦਾ ਅਸੀਂ ਦੇਖਿਆ ਜੋ 19 ਵਾਇਰਸ ਆਇਆ ਉਹਦੇ ਕਰਕੇ ਸਕੂਲਾਂ ਦੀ ਸਿੱਖਿਆ ਕਿੱਦਾਂ ਰੁਲੀ ਆ ਆਨਲਾਈਨ ਐਜੂਕੇਸ਼ਨ ਆਨਲਾਈਨ ਐਜੂਕੇਸ਼ਨ ਔਰ ਆਨਲਾਈਨ ਐਜੂਕੇਸ਼ਨ ਦੇ ਵਿੱਚ ਜਿਹੜੇ ਮਾਪੇ ਨੇ ਉਹ ਖੁਦ ਆਪਣੇ ਬੱਚਿਆਂ ਦੇ ਐਗਜ਼ਾਮ ਸੋਲਵ ਕਰਦੇ ਬੈਠੇ ਦੱਸੋ ਨੁਕਸਾਨ ਕਿਦਾਂ ਸਰਕਾਰ ਦਾ ਹਾਲ ਪਤਾ ਸੰਜੀਵ ਜੀ ਕੀ ਹੋ ਗਿਆ ਹਾਂਜੀ ਸਰਕਾਰ ਦਾ ਹਾਲ ਇਹ ਹੋ ਗਿਆ ਕਿ ਸਰਕਾਰ ਗਲਤੀਆਂ ਦਰ ਗਲਤੀਆਂ ਕਰੀ ਜਾਂਦੀ ਆ ਕਰੀ ਜਾਂਦੀ ਆ ਤੇ ਉਦਾਂ ਦਾ ਹਾਲ ਹੋ ਗਿਆ ਵੀ ਜਿੱਦਾਂ ਇੱਕ ਦਰਜੀ ਦੇ ਕੋਲੋਂ ਨਾ ਪਜਾਮਾ ਗਲਤ ਕੱਟ ਹੋ ਜਾਏ ਨਾ ਤੇ ਫਿਰ ਉਹ ਜਿਹੜੇ ਹੈਗੇ ਉਹ ਅ ਕੀ ਹੁਣ ਮੈਂ ਕਹਿਣਾ ਵੀ ਇੱਥੇ ਪਤਾ ਨਹੀਂ ਲਫ਼ਜ਼ ਜਿਹੜਾ ਹੈਗਾ ਨਾ ਵੀ ਉਹ ਕੱਚੇ ਦੇ ਜਿਹੜੇ ਹੈਗੇ ਨਾ ਫਿਰ ਗੁਣ ਦੱਸਣੇ ਸ਼ੁਰੂ ਕਰ ਦਿੰਦਾ ਕਿਉਂ ਘਟਜੂ ਘਟ ਹੋ ਗਿਆ ਉਹ ਬਾੜਨਾ ਜਿਹੜਾ ਹੈਗਾ ਉਹ ਆ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਰਕਾਰ ਕਰ ਰਹੀ ਆ ਸਰਕਾਰ ਨੂੰ ਚਾਹੀਦਾ ਭਾਈ ਸੰਜੀਦਗੀ ਦੇ ਨਾਲ ਸੋਚੇ ਵਿਚਾਰੇ ਤੇ ਫਿਰ ਕਿਸੇ ਨਾ ਕਿਸੇ ਨਤੀਜੇ ਉੱਤੇ ਪਹੁੰਚ ਕੇ ਤਾ ਲੋਕਾਂ ਦਾ ਭਲਾ ਕਰਨ ਵਾਲ ਧਿਆਨ ਦੇਵੇ ਲੋਕਾਂ ਨੂੰ ਤਾਂ ਲੜਾਈ ਜਾਂਦੇ ਆ ਅਮਨ ਕਾਨੂੰਨ ਦੀ ਵਿਵਸਥਾ ਤੁਸੀਂ ਦੇਖ ਲਓ ਪਟਿਆਲਿਆਂ ਸੀ ਚੱਲੇ ਸੀਗੇ ਅੱਜ ਇੰਟਰਨੈਟ ਜਿਹੜਾ ਹੈਗਾ ਉਹ ਚਾਲੂ ਹੋਇਆ ਉਸ ਤੋਂ ਬਾਅਦ ਵਿੱਚ ਜਿਉਂ ਅਸੀਂ ਸੰਦੀਪ ਨੰਗਲ ਅੰਬੀਆਂ ਤੋਂ ਅਸੀਂ ਸ਼ੁਰੂ ਹੋਏ ਆ ਕਤਲਾਂ ਦੇ ਮਾਮਲੇ ਜਿਹੜੇ ਹੈਗੇ ਲਗਾਤਾਰ ਵਧਦੇ ਜਾ ਰਹੇ ਆ ਉਸ ਤੋਂ ਬਾਅਦ ਵਿੱਚ ਆ ਰੇਤ ਦੇ ਖੱਡਾਂ ਦੇ ਮਾਮਲੇ ਜਿਹੜੇ ਹੈਗੇ ਉਹ ਵਧਦੇ ਜਾ ਰਹੇ ਆ ਨਾਜਾਇਜ਼ ਜਿਹੜੇ ਕਬਜ਼ੇ ਨੇ ਉਹ ਵਧਦੇ ਜਾ ਰਹੇ ਨੇ ਉਸ ਤੋਂ ਬਾਅਦ ਵਿੱਚ ਜੇ ਅਸੀਂ ਰੋਟੀ ਦੀ ਵੀ ਗੱਲ ਕੀਤੀ ਹੈਗੀ ਆ ਤਾ ਗਰੀਬਾਂ ਤੱਕ ਪਹੁੰਚਣ ਵਾਲੀ ਕਣਕ ਦਾ ਵਿਖਿਆਨ ਜਿਸ ਤਰੀਕੇ ਨਾਲ ਆਪਾਂ ਕੀਤਾ ਸਾਨੂੰ ਤਰਸ ਵੀ ਆ ਦਿਲ ਦੇ ਵਿੱਚ ਕਿਤੇ ਨਾ ਕਿਤੇ ਦਰਦ ਵੀ ਸੀ ਪਰ ਪ੍ਰੋਗਰਾਮ ਦੀ ਮਰਿਆਦਾ ਦਾ ਖਿਆਲ ਰੱਖਦੇ ਹੋਏ ਆਪਾਂ ਫਿਰ ਵੀ ਥੋੜਾ ਹਾਸੋ ਹਿਣਾ ਵੀ ਮਾਹੌਲ ਪੈਦਾ ਕਰਦੇ ਆ ਹੈਨਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਸਰਕਾਰ ਨੂੰ ਸੋਚਣ ਵਾਸਤੇ ਮਜਬੂਰ ਕਰਦੀਆਂ ਵੀ ਨੇ ਸਰਕਾਰ ਸੋਚਦੀ ਵੀ ਐ ਪਰ ਸਰਕਾਰ ਦੇ ਕੋਲ ਜਿਹੜੀਆਂ ਨੀਤੀਆਂ ਨੇ ਜਾਂ ਫਿਰ ਦਿੱਲੀ ਵਾਲੀਆਂ ਜਿਹੜੀਆਂ ਨੀਤੀਆਂ ਨੇ ਹੋ ਸਕਦਾ ਸ਼ਾਇਦ ਉਹਨਾਂ ਨਾਲ ਮੇਲ ਨਾ ਖਾਂਦੀ ਹੋਵੇ ਇੱਕ ਦੌੜਾ 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 ਨਾ ਬੰਦਾ ਕਿਤੇ ਡਾਕਟਰ ਕੋਲ ਗਿਆ ਹਾਂਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਨੂੰ ਭੁੱਖ ਨਹੀਂ ਲੱਗਦੀ ਹੂੰ ਡਾਕਟਰ ਸਾਹਿਬ ਕਹਿੰਦੇ ਮੈਨੂੰ ਆਪਣੀ ਰੋਟੀ ਮੈਨੂੰ ਦੇ ਜਿਆ ਕਰ ਅੱਛਾ ਆਹ ਹਾਲ ਸਰਕਾਰ ਦਾ ਦੇਖੋ ਉਹ ਉਹ ਕੇਜਰੀਵਾਲ ਦੇ ਕੋਲ ਦੌੜ ਦੌੜ ਜਾਂਦੇ ਆ ਹਾਂਜੀ ਕੇਜਰੀਵਾਲ ਕੇਜਰੀਵਾਲ ਸਭ ਨੂੰ ਭੁੱਖ ਨਹੀਂ ਲੱਗਦੀ ਉਹ ਕਹਿੰਦਾ ਪ੍ਰਾਹ ਆਪਣੀ ਰੋਟੀ ਮਿਲਦੇ ਆ ਕਰ ਗੱਲ ਖਤਮ ਮੈਂ ਖਾ ਲੂੰਗਾ ਮੈਨੂੰ ਤਾਂ ਭੁੱਖ ਲੱਗਦੀ ਆ ਹੈ ਨਾ ਇਹ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਸਾਡੇ ਪੰਜਾਬ ਨੂੰ ਡੰਗਦੀਆਂ ਨੇ ਰੋਕਣਾ ਪਊਗਾ ਗਲਤੀ ਜਿਹੜੀ ਹੈ ਉਹ ਇਹ ਨਹੀਂ ਮੈਂ ਕਹਿੰਦਾ ਕਿ ਵੋਟਰਾਂ ਦੀ ਹੈ ਪਰ ਭੁਗਤਣਾ ਤਾਂ ਜਿਹੜਾ ਹੈਗਾ ਆਮ ਬੰਦੇ ਨੂੰ ਪੈਣਾ ਹੀ ਨਹੀਂ ਪੈਂਦਾ ਬਿਲਕੁਲ ਆਮ ਬੰਦੇ ਨੂੰ ਭੁਗਤਣਾ ਪੈ ਰਿਹਾ ਤੇ ਸਭ ਤੋਂ ਜ਼ਿਆਦਾ ਭੁਗਤਦਾ ਹੈ ਬੰਦਾ ਜਿਹੜੇ ਸਰਕਾਰੀ ਹਸਪਤਾਲ ਲੈ ਬਿਲਕੁਲ ਸਿਹਤ ਨੂੰ ਲੈ ਕੇ ਪ੍ਰਾਈਵੇਟ ਹਸਪਤਾਲ ਦੇਖੋ ਤਾਂ ਇੰਨੇ ਮਹਿੰਗੇ ਨੇ ਕਿ ਆਮ ਆਦਮੀ ਉਹ ਅਫੋਰਡ ਨਹੀਂ ਕਰ ਸਕਦਾ ਸੋਚ ਵੀ ਨਹੀਂ ਸਕਦਾ ਬੰਦਾ ਜਾਵੇ ਤਾਂ ਕਿੱਧਰ ਜਾਵੇ ਸਿਹਤ ਸੁਵਿਧਾਵਾਂ ਦਾ ਜੋ ਹਾਲ ਹੈ ਅਸੀਂ ਦੇਖਦੇ ਪਿਆ ਇਨਸ਼ੋਰੈਂਸ ਸਾਰਾ ਪ੍ਰਾਈਵੇਟ ਸੈਕਟਰ ਨੂੰ ਦਿੱਤਾ ਪਿਆ ਯਾਨੀ ਕਿ ਇਨਸ਼ੋਰੈਂਸ ਵਿੱਚੋਂ ਵੀ ਪੈਸਾ ਕਮਾਉਣਾ ਹੈ ਜੇ ਕੋਈ ਕਵੇ ਨਾ ਕੰਪਨੀ ਨੂੰ ਕਿ ਕਿਸੇ ਨੂੰ ਐਦਾਂ ਦੀ ਬਿਮਾਰੀ ਹੋ ਗਈ ਇਹ ਤਾਂ ਜੀ 2 ਸਾਲ ਬਾਅਦ ਕਵਰ ਹੁੰਦੀ ਹੈ ਹੁਣ ਕਵਰ ਨਹੀਂ ਹੁੰਦੀ ਯਾਨੀ ਕਿ ਹੁਣ 6 ਮਹੀਨੇ ਹੋਏ ਨੇ ਹਰੇ ਇੰਸ਼ੋਰੈਂਸ ਲਿੱਤੀ ਨੋ ਉਹ 2 ਸਾਲ ਵੇਟ ਕਰੂਗਾ ਤੁਸੀਂ ਇਹ ਦੇਖੋ ਵੀ ਜਦੋਂ ਮੋਦੀ ਸਾਹਿਬ ਨੇ ਪਹਿਲਾਂ ਡੰਗ ਮਾਰਿਆ ਸੀ ਡੰਗ ਇਦਾਂ ਦਾ ਮਾਰਿਆ ਸੀਗਾ ਵੀ ਕਿਸੇ ਵੀ ਗਰੀਬ ਦਾ ਅਕਾਊਂਟ ਖਲਾਉਣਾ ਤੇ ਉਸੇ ਵੇਲੇ ਕਹਿ ਦੇਣਾ ਭਾਈ ਅਕਾਊਂਟ ਖੋਲਦੇ ਸਾਰੀ ਤੁਹਾਡਾ ਇੰਸ਼ੋਰੈਂਸ ਵੀ ਹੋ ਗਿਆ ਰੋਜ਼ ਦਾ 1 ਰੁਪਿਆ ਇੰਸ਼ੋਰੈਂਸ ਚੁੱਕਾ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਇੱਕ ਹੋਰ ਰੁਪਈਆ ਘਟ ਹੋਣ ਲੱਗ ਪਿਆ ਤੁਹਾਨੂੰ ਜਿਹੜਾ ਹੈਗਾ ਉਹ 60 ਸਾਲਾਂ ਤੋਂ ਬਾਅਦ ਵਿੱਚ ਪੈਨਸ਼ਨ ਵੀ ਦੇਣੀ ਹੈ ਉਸ ਤੋਂ ਬਾਅਦ ਵਿੱਚ ਜਦੋਂ ਆ ਗਈ ਪ੍ਰਧਾਨ ਮੰਤਰੀ ਆਯੂਸ਼ਮਾਨ ਕਾਰਡ ਯੋਜਨਾ ਤੇ ਨਾਲ ਦੇ ਨਾਲ ਜਦੋਂ ਪੰਜਾਬ ਸਰਕਾਰ ਨੇ ਸ਼ੁਰੂ ਕਰ ਦਿੱਤੀ ਜੀ ਮੁੱਖ ਮੰਤਰੀ ਜਿਹੜੀ ਪੰਜਾਬ ਸਰਕਾਰ ਦੀ ਆਯੂਸ਼ਮਾਨ ਕਾਰਡ ਜੀ ਜੀ ਹੁਣ ਬੰਦਾ ਸੋਚਦਾ ਆ ਵੀ ਮੈਂ ਆਯੂਸ਼ਮਾਨ ਕਾਰਡ ਜਿਹੜਾ ਹੈ ਉਹ ਬਣਾ ਲਿਆ ਤੇ ਉਹ ਹੁਣ ਜਾ ਕੇ ਮੈਂ ਕਿੱਥੇ ਦਊਗਾ ਹਸਪਤਾਲ ਦੇ ਵਿੱਚ ਮੇਰਾ ਫਰੀ ਇਲਾਜ ਹੋ ਜਾਊਗਾ ਪਰ ਉਹਦੇ ਵਿੱਚ ਵੀ ਦੇਖੋ ਕਿੰਨੇ ਓਲੇ ਰੱਖੇ ਹੋਏ ਨੇ ਹਰ ਇੱਕ ਬਿਮਾਰੀ ਦਾ ਵੱਖਰਾ ਵੱਖਰਾ ਪੈਕੇਜ ਸੈੱਟ ਕੀਤਾ ਹੋਇਆ ਜੇ ਉਹ ਤੁਹਾਨੂੰ ਬਿਮਾਰੀ ਹੋਊਗੀ ਤਾਂ ਫਿਰ ਤੁਹਾਨੂੰ ਉਹਦੇ ਵਿੱਚੋਂ ਪੈਸੇ ਜਿਹੜੇ ਹੈਗੇ ਮਿਲਣਗੇ ਪਹਿਲੀ ਤਾਂ ਗੱਲ ਹੈਗੀ ਆ ਜੇ ਕਿਸੇ ਨੂੰ ਜ਼ੁਕਾਮ ਬੁਖਾਰ ਜਾਂ ਵੈਸੇ ਦਰਦ ਆ ਤਾਂ ਉਹਦਾ ਕੋਈ ਭਾਈ ਪੈਸਾ ਨਹੀਂ ਮਿਲਣਾ ਕਿਉਂਕਿ ਉਹਦੇ ਵਾਸਤੇ ਕੋਈ ਇਹਨਾਂ ਨੇ ਵਿਧੀ ਨਹੀਂ ਤਿਆਰ ਕੀਤੀ ਕਿ ਬੰਦਾ ਹਸਪਤਾਲ ਜਾਵੇ ਉੱਥੋਂ ਪਰਚੀ ਕਟਾਵੇ ਕਟਾ ਕੇ ਤਾਂ ਮੁਫਤ ਦੇ ਵਿੱਚ ਪਰਚੀ ਜਿਹੜੀ ਉਹ ਕੱਟੀ ਜਾਵੇ ਉਹ ਨਹੀਂ ਮੁਫਤ ਦੇ ਵਿੱਚ ਉੱਥੇ ਦਵਾਈ ਵੀ ਨਹੀਂ ਮਿਲਣੀ ਉਸ ਤੋਂ ਬਾਅਦ ਵਿੱਚ ਆ ਗਈ ਆਯੂਸ਼ਮਾਨ ਕਾਰਡ ਦੀ ਗੱਲ ਆਯੂਸ਼ਮਾਨ ਕਾਰਡ ਜਿਹੜਾ ਹੈ ਉਹ ਗਾਹ ਤੋਂ ਗਾਂ ਜਦੋਂ ਸਬਡਿਵੀਜ਼ਨ ਉਹਨਾਂ ਦੀ ਕੀਤੀ ਜਾਂਦੀ ਹੈ ਹਰਨੀਆਂ ਦੇ ਆਪਰੇਸ਼ਨ ਵਾਸਤੇ 10000 ਉਸ ਤੋਂ ਬਾਅਦ ਵਿੱਚ ਜੇ ਕਿਸੇ ਦੇ ਕੋਈ ਹੋਰ ਬਿਮਾਰੀ ਹੈ ਉਹਦੇ ਵਾਸਤੇ 20000 ਇਹਦੇ ਵਾਸਤੇ 10000 ਇੱਥੇ ਆ 5000 ਭਾਈ ਜੇ ਤੁਹਾਨੂੰ ਉਹ ਬਿਮਾਰੀ ਹੈ ਤਾਂ ਉਹਦੇ ਉਨੇ ਹੀ ਪੈਸੇ ਮਿਲਨੇ ਉਹ ਤੋਂ ਵੱਧ ਜਿਹੜੇ ਹੈਗੇ ਆ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਉਹ ਤੋਂ ਵੱਧ ਜੇ ਹੋ ਜਾਂਦੇ ਆ ਤਾਂ ਫਿਰ ਸਰਕਾਰ ਜਿਹੜੀ ਹੈਗੀ ਉਹ ਉਹ ਬਿਲਕੁਲ ਮਦਦ ਨਹੀਂ ਕਰਦੀ ਫਿਰ ਤੁਹਾਨੂੰ ਖੁਦ ਦੇਣੇ ਪੈਂਦੇ ਆ ਬਾਕੀ ਇਹ ਸਰਕਾਰੀ ਹਸਪਤਾਲਾਂ ਦਾ ਜਿਹੜਾ ਹਾਲ ਉਹ ਤੁਹਾਡੇ ਸਾਹਮਣੇ ਆ ਉਹਨਾਂ ਦੇ ਵਿੱਚ ਇਲਾਜ ਹੁੰਦੇ ਨਹੀਂ ਕੁਝ ਇੰਪੈਨਲਡ ਕੀਤੇ ਹੋਏ ਹਸਪੀਟਲਸ ਹੈਗੇ ਆ ਜਿਹੜੇ ਕਿ ਇਸ ਕਾਰਡ ਦੇ ਨਾਲ ਇੰਪੈਨਲਡ ਹੁੰਦੇ ਆ ਕਿ ਤੁਸੀਂ ਫਲਾਣੇ ਹਸਪੀਟਲ ਤੋਂ ਕਰ ਲਓ ਉਹਦੇ ਕੋਲੋਂ ਕਰ ਲਓ ਉਹ ਫਿਰ ਆਪਣਾ ਮਨਮੁਹੀ ਜਿਹੜਾ ਹੈ ਉਹ ਬਿੱਲ ਬਣਾਉਂਦੇ ਆ ਇੱਕ ਤਾਂ ਉਹ ਪ੍ਰਾਈਵੇਟਲੀ ਬਿੱਲ ਜਿਹੜਾ ਹੈ ਉਹ ਮਰੀਜ਼ ਦੇ ਕੋਲੋਂ ਲੈ ਲੈਂਦੇ ਆ ਮਰੀਜ਼ ਕਰਦਾ ਫਿਰ 104 ਨੰਬਰ ਉੱਤੇ ਜਾ ਕੇ ਸ਼ਿਕਾਇਤ ਸ਼ਿਕਾਇਤ ਜਿਹੜੀ ਹੈ ਉਹ ਸੁਣੀ ਨਹੀਂ ਜਾਂਦੀ ਮਰੀਜ਼ ਦੀ ਵੀ ਨਹੀਂ ਸੁਣੀ ਸੁਣੀ ਜਾਂਦੀ ਫਿਰ ਜੇ ਸੁਣ ਕੇ ਵੀ ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਫੇਰ ਕੀ ਹੁੰਦਾ ਆ ਉਹਦਾ ਕਾਰਡ ਡਿਸਮਿਸ ਕਰ ਦਿੱਤਾ ਜਾਂਦਾ ਤੁਸੀਂ ਦੱਸੋ ਵੀ ਆਮ ਬੰਦਾ ਜਾਵੇ ਤਾਂ ਜਾਵੇ ਕਿੱਥੇ ਕਾਰਡ ਬਣਾ ਕੇ ਉਹ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਵੀ ਮੇਰਾ ਤਾਂ 5 ਲੱਖ ਤੱਕ ਦਾ ਜਿਹੜਾ ਹੈ ਉਹ ਸਿਕਿਉਰ ਹੋ ਗਿਆ ਪਰ ਉਹਨੂੰ ਇਹ ਤਾਂ ਪਤਾ ਹੀ ਨਹੀਂ ਵੀ ਇੱਕ ਹਰਨੀਆਂ ਦੀ ਬਿਮਾਰੀ ਦਾ ਸਿਰਫ 10000 ਰੁਪਿਆ ਆ ਸਰਕਾਰ ਦੇ ਵੱਲੋਂ ਬਾਕੀ ਜਿਹੜਾ ਜੇ ਉਹਦੇ ਉੱਤੇ 50000 ਰੁਪਿਆ ਲੱਗਿਆ ਤਾਂ ਬਾਕੀ 40 ਕਿੱਥੋਂ ਲਿਆਊਗਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਸਾਡਾ ਜਿਹੜਾ ਆਮ ਬੰਦਾ ਆ ਉਹਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਤਾਂ ਕਿ ਐਨ ਵਕਤ ਉੱਤੇ ਉਹ ਕਿਤੇ ਧੋਖਾ ਨਾ ਖਾ ਲਵੇ ਦੂਜਾ ਮੂਦੇ ਮੂ ਤਾਈ ਮਜ਼ਦੂਰ ਡਿਗਦਾ ਆ ਤੇ ਫੇਰ ਅਸੀਂ ਐਵੇਂ ਕਵਤਾਮਾਂ ਦੇ ਵਿੱਚ ਕਹਿੰਦੇ ਫਿਰਦੇ ਆ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਗਧ ਰਹੀ ਵੀ ਸੂਰਜਾ ਕਮੀਆਂ ਦੇ ਵੇਲੇ ਉਹ ਸੂਰਜ ਮਗਦਾ ਹੀ ਕਮੀਆਂ ਦੇ ਵੇੜੇ ਆ ਕਿਉਂਕਿ ਸਰਕਾਰਾਂ ਨੇ ਉੱਥੇ ਤੱਕ ਹੀ ਰੱਖਿਆ ਹੋਇਆ ਆ ਆਈ ਵਾਸ਼ ਕਰਦੀਆਂ ਨੇ ਹਾਂਜੀ ਸਰਕਾਰ ਲੋਕਾਂ ਨੂੰ ਜਾਗਣ ਦੀ ਲੋੜ ਐ ਜਿਹੜੀਆਂ ਸੋਲਿਡ ਸਕੀਮਾਂ ਚਾਹੀਦੀਆਂ ਨੇ ਜਿਹਦਾ ਵਾਕਈ ਕੋਈ ਅਰਥ ਨਿਕਲੇ ਤਾਂ ਉਸ ਨੂੰ ਲਾਗੂ ਕਰੋ ਨਹੀਂ ਤਾਂ ਇਹ ਆਈ ਵਾਸ਼ ਹੈ ਹੋਰ ਤਾਂ ਕੁਝ ਨਹੀਂ ਆਈ ਅੱਖ ਦੇ ਵਿੱਚ दारू ਪਾ ਦੇਣ ਵਾਲੀ ਗੱਲ ਹੈ ਜਦਕਿ ਹੁਣ ਇਹ ਚਾਹੀਦਾ ਹੈ ਕਿ ਸਰਕਾਰ ਨੂੰ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਹੁਣ ਸਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਅਸੀਂ ਹੁਣ ਚਾਲੇ ਪਾਈਏ ਕਿਉਂਕਿ ਸਮਾਂ ਹੋ ਰਿਹਾ ਤੇ ਸਮਾਂ ਸਮਰੱਥ ਹੈ ਬਿਲਕੁਲ ਔਰ ਮੈਂ ਤੁਹਾਨੂੰ ਜਾਂਦੇ ਜਾਂਦੇ ਇਹ ਵੀ ਗੱਲ ਦੱਸ ਦਿਆਂ ਵੀ ਭਾਈ ਜਿਹੜਾ ਮਰੀਜ਼ ਕਾਰਡ ਉਹ ਲੈ ਕੇ ਜਾਊਗਾ ਉਹਨੂੰ ਜਨਰਲ ਵਾਰਡ ਦੇ ਵਿੱਚ ਨੌਨ ਏਸੀ ਵਾਲਾ ਜਿਹੜਾ ਕਮਰਾ ਉਹ ਮਿਲੂਗਾ ਮੈਂ ਐਸ ਪਸੀਨੇ ਤੋਂ ਜਿਹੜਾ ਹੈਗਾ ਤੁਹਾਨੂੰ ਅੰਦਾਜ਼ਾ ਮਗਾ ਕੇ ਦੱਸਾਂ ਤੁਹਾਨੂੰ ਯਾਦ ਆ ਗਿਆ। ਇਸ ਕਰਕੇ ਉਹਨੂੰ ਵੀ ਇਹ ਸੁਚੇਤ ਹੋਣਾ ਚਾਹੀਦਾ ਵੀ ਜਿੱਥੇ ਮਰੀਜ਼ ਨੂੰ ਪਾਉਣਾ ਜਾਂ ਤਾਂ ਸਰਦੀਆਂ 'ਚ ਇਲਾਜ ਕਰਾ ਲਓ ਵੀ ਉੱਥੇ ਜਿਹੜੀ ਹੈਗੀ AC ਦੀ ਲੋੜ ਨਾ ਪਊ ਕਿ ਨਹੀਂ ਤਾਂ ਗਰਮੀਆਂ ਦੇ ਵਿੱਚ ਜਨਰਲ ਵਾਰਡ ਵਿੱਚ ਇਲਾਜ ਹੋਣੇ ਆ। ਇਸ ਤੋਂ ਵੱਧ ਕੇ ਜਿਹੜੀ ਹੈਗੀ ਉਹ ਨਾ ਸਰਕਾਰ ਨੇ ਕੇਂਦਰ ਨੇ ਮਦਦ ਕਰਨੀ ਨਾ ਪੰਜਾਬ ਨੇ ਭਾਈ ਤੁਸੀਂ ਆਪ ਸੋਚਣਾ ਹੈ ਸੋ ਤੁਹਾਡੇ ਨੂੰ ਸੋਚਣ ਦੇ ਬਸ ਪਾ ਕੇ ਮੈਂ ਤੇ ਸੰਜੀਵ ਜਸ਼ ਕਰਨਾ ਜੀ ਚੱਲੇ ਆ ਸੋਚੋ ਵਿਚਾਰੋ ਕਿ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਅੱਗੇ ਵਿਧਾਇਆ ਜਾ ਸਕਦਾ ਸੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੰਜੀਵ ਜੀ ਚਲਿਏ ਹਾਂ ਜੀ ਆਪਣੇ ਵਿਚਾਰ ਜ਼ਰੂਰ ਸਾਨੂੰ ਇਨਬਾਕਸ ਕਰ ਦਿਓ ਤਾਂ ਕਿ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ਜੀ ਸਤਿਕਾਰ ਜੀ ਸਤਿਕਾਰ ਜੀ